ਅੱਜ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਦਿਹਾੜਾ ਹੈ, ਦਿਵਸ ਹੈ, ਜੋ ਗੁਰਮੁਖ ਪਿਆਰੇ ਦੱਸ ਰਹੇ ਸਨ। ਗੁਰੂ ਨਾਨਕ ਸਾਹਿਬ ਤੋਂ ਸਰੀਰਕ ਉਮਰ ਕਰਕੇ ਭਾਈ ਲਹਿਣਾ ਸਾਹਿਬ ਜੀ 35 ਸਾਲ ਛੋਟੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ 1469 ਦਾ ਹੈ ਤੇ ਬਾਬਾ ਲਹਿਣਾ ਸਾਹਿਬ ਜੀ ਦਾ ਆਗਮਨ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦਾ 1504 ਦਾ ਹੈ। ਜੇ ਅਸੀਂ ਦੇਖੀਏ ਇਹਨਾਂ ਕੋ ਟਾਈਮ ਬਣਦਾ ਹੈ। ਸੰਗਰ ਪਿੰਡ ਵਿੱਚ ਮੱਤੇ ਦੀ ਸਰਾਂ, ਨਾਗੇ ਦੀ ਸਰਾਂ, ਉੱਥੇ ਉਹਨਾਂ ਦਾ ਜਨਮ ਹੁੰਦਾ ਹੈ। ਸੰਗਰ ਪਿੰਡ ਵਿੱਚ ਉਹਨਾਂ ਦੀ ਸ਼ਾਦੀ ਹੁੰਦੀ ਹੈ, ਖਡੂਰ ਸਾਹਿਬ ਦੇ ਬਿਲਕੁਲ ਨਜ਼ਦੀਕ। ਖਡੂਰ ਸਾਹਿਬ ਵਿੱਚ ਉਹ ਆਪਣਾ ਵਸੇਬਾ ਰੱਖਦੇ ਨੇ। ਮਾਪਿਆਂ ਨੇ ਨਾਮ ਲੈਣਾ ਰੱਖਿਆ, ਸਨਮਾਨਯੋਗ ਪਿਤਾ ਫੇਰੂ ਜੀ ਚੰਗੇ ਸੂਝਵਾਨ ਸੁਗੜ ਨੇ, ਪਰ ਭਗਤੀ ਉਹ ਦੇਵੀ ਦੀ ਕਰਦੇ, ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਤਾ ਜੀ ਦੇ ਚਲਾਣੇ ਤੋਂ ਬਾਅਦ ਆਪ ਜੀ ਜਥੇ ਦੀ ਅਗਵਾਈ ਕਰਦੇ ਨੇ, ਆਪ ਵੀ ਜਵਾਲਾ ਜੀ ਦੇ ਜਾਂਦੇ ਨੇ, ਸਾਰੀ ਸਾਰੀ ਰਾਤ ਜਾਗ ਕੇ ਜਾਗਰਣ ਕਰਦੇ ਨੇ। ਪਰ ਅੱਜ ਭਿੰਨੀ ਰਹਿ ਲੜੀਏ ਅੰਮ੍ਰਿਤ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਖਹਿਰਾ ਜੱਟ ਭਾਈ ਜੋਤ ਜੀ, ਕਿਉਂਕਿ ਗੁਰਦੇਵ ਦੇ ਗੁਰੂ ਅੰਗਦ ਸਾਹਿਬ ਦੇ ਵੇਲੇ 2 ਸਿੱਖ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਇੱਕ ਜੋਧ ਰਸੋਈਆ ਵੀ ਹੋਇਆ, ਉਹ ਬ੍ਰਾਹਮਣ ਸਨ। ਅੰਮ੍ਰਿਤ ਵੇਲੇ ਗਲੀ ਚ ਲੰਘਦਿਆਂ ਜਪ ਦਾ ਪਾਠ, ਤੇ ਸਾਡਾ ਇਤਿਹਾਸ ਕਹਿੰਦਾ ਖਾਸ ਕਰਕੇ ਆਸਾ ਕੀ ਵਾਰ ਦੀ 1 ਵੀ ਪੌੜੀ, ਜਿਤ ਸੇਵੀਆਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। 1 ਪੌੜੀ ਦਾ ਪਾਠ ਸੁਣਿਆ, ਬਾਬਾ ਲਹਿਣਾ ਸਾਹਿਬ ਜੀ ਪਿੱਛੇ ਚੱਲ ਪਏ। ਜਦੋਂ ਸਮਾਪਤੀ ਹੋਈ ਤੇ ਪੁੱਛਿਓ ਨੇ, ਜੋ ਤੁਸੀਂ ਆਪਣੀ ਰਸਨਾ ਤੋਂ ਬੋੜ ਰਹੇ ਸੀ ਇਹ ਕੀ ਹੈ? ਭਾਈ ਜੋਧ ਅੰਮ੍ਰਿਤ ਵੇਲਾ ਸੀ, ਅੰਦਰ ਟਿਕਿਆ, ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਇਹ ਮੇਰੇ ਪ੍ਰੀਤਮ ਦੇ ਅਰਸ਼ੀ ਬੋਲ ਨੇ। ਕਹਿਣ ਲੱਗੇ ਇਹ ਬੋਲ ਤਾਂ ਇੰਜ ਲੱਗਦੇ ਨੇ ਮੇਰੇ ਆਪਣੇ ਦੇ ਨੇ ਕਿਸੇ ਦੇ, ਕਿਉਂਕਿ ਵਕਤ ਆ ਬਣਿਆ ਹੈ ਹੁਣ, ਕੌਣ ਪ੍ਰੀਤਮ ਕੌਣ ਪਿਆਰਾ? ਭਾਈ ਜੋਧ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ। ਇਸ ਬਚਨ ਚ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕੀ ਕਰ ਰਹੇ ਨੇ? ਕਹਿਣ ਲੱਗੇ ਇਹ ਚ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਦੀ ਸੇਵਾ ਕਰਨ ਨਾਲ ਸੁੱਖ ਮਿਲੇ ਉਸੇ ਸਾਹਿਬ ਦੇ ਨਾਮ ਨੂੰ ਸੰਭਾਲਣਾ ਚਾਹੀਦਾ ਹੈ। ਜਿਸ ਕੰਮ ਕਰਨ ਦੇ ਨਾਲ ਰਿਜ਼ਲਟ ਮਾੜਾ ਨਿਕਲੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਜ਼ਿੰਦਗੀ ਦਾ ਉਹ ਪਾਸਾ ਹੀ ਢਾਲਣਾ ਚਾਹੀਦਾ ਕਿ ਸਾਹਿਬ ਨਾਲ ਬਣ ਜਾਏ, ਸਾਰੀ ਜ਼ਿੰਦਗੀ ਵਿਚਰਨੇ ਪਏ, ਕੰਮ ਉਹੀ ਕਰਨੇ ਚਾਹੀਦੇ ਨੇ ਜਿਹੜੇ ਲਾਹੇ ਵਿੱਚ ਹੋਣ। ਸਿੱਧੇ ਜੇ ਅਰਥ ਕਿੱਥੇ ਨੇ ਉਹ ਮਹਾਂਪੁਰਖ? ਕਹਿਣ ਲੱਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਸਾਡਾ ਇਤਿਹਾਸ ਕਹਿੰਦਾ ਹੈ ਕਿ ਬਾਬਾ ਲਹਿਣਾ ਸਾਹਿਬ ਜੀ, ਕਿਉਂਕਿ ਅਸੀਂ ਸ਼ਬਦ ਬਾਬਾ ਲਹਿਣਾ ਸਾਹਿਬ ਹੀ ਵਰਤਾਂਗੇ ਸਤਿਕਾਰ ਦੇ ਸ਼ਬਦ, ਕਿਉਂਕਿ ਬਾਬਾ ਜੀ 1532 ਨੂੰ ਕਰਤਾਰਪੁਰ ਆਏ, 28 ਸਾਲ ਦੀ ਉਮਰ ਦੂਸਰੇ ਗੁਰਦੇਵ ਬਾਬਾ ਲਹਿਣਾ ਸਾਹਿਬ ਜੀ ਦੀ ਹੋ ਚੁੱਕੀ ਜਦੋਂ ਕਰਤਾਰਪੁਰ ਆਉਂਦੇ।
ਹਾਲਾਂਕਿ ਕੁਛ ਵਿਦਵਾਨਾਂ ਨੇ ਪਹਿਲਾਂ ਮਿਲਾਪ ਦਾ ਜ਼ਿਕਰ ਕੀਤਾ। ਇੱਕ ਸ਼ਬਦ ਸੁਣਿਆ ਅੰਦਰ ਗੱਲ ਬੈਠ ਗਈ, ਕਿਸ ਮਹਾਂਪੁਰਸ਼ ਦੇ ਦਰਸ਼ਨ ਕਰਨੇ ਨੇ ਜਿਹਦੇ ਬੋਲ ਅੰਦਰ ਨੂੰ ਸੁੱਖ ਦਿੰਦੇ ਨੇ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਜਦੋਂ ਤੁਰਿਆ ਜਾਂਦਾ ਹੈ ਨਾ ਉਦੋਂ ਜਗਿਆਸਾ ਅੰਦਰ ਹੁੰਦੀ ਹੈ ਪਰ ਰਾਹ ਨਹੀਂ ਸਹੀ ਲੱਗਦਾ, ਪਰ ਸਾਂਚੇ ਵਿੱਚ ਜਿਹਦੀ ਜਗਿਆਸਾ ਸੱਚੀ ਹੋਵੇਗੀ ਉਹਨੂੰ ਰਾਹ ਜ਼ਰੂਰ ਮਿਲੇਗਾ ਭਾਵੇਂ ਸਮਾਂ ਲੱਗ ਜਾਂਦਾ। ਗੁਰੂ ਅੰਗਦ ਸਾਹਿਬ ਦੀ ਜਗਿਆਸਾ 'ਚ ਕੋਈ ਖੋਟ ਨਹੀਂ। ਬਾਬਾ ਲਹਿਣਾ ਸਿੰਘ ਸ਼ਬਦ ਵਰਤਾ, ਅੰਦਰ ਨਲਮਲ ਅੰਦਰ ਭੁੱਖ ਹੈ ਪਰ ਰਾਹ ਨਹੀਂ ਅਜੇ ਲੱਭਾ। ਬਾਬਾ ਅਮਰਦਾਸ ਅੰਦਰ ਭੁੱਖ ਹੈ ਪਰ ਤੀਰਥ ਇਸ਼ਨਾਨ ਤੇ ਜਾ ਰਹੇ ਨੇ। ਭਗਤ ਧੰਨੇ ਅੰਦਰ ਭੁੱਖ ਹੈ, ਤਰਲੋਚਨ ਨੂੰ ਦੇਖ ਕੇ ਠਾਕੁਰ ਪੂਜਦੇ ਨੇ, ਪਰ ਪਿਆਰਿਓ ਇੱਕ ਦਿਨ ਉਸ ਚਾਹ ਨੇ ਸਹੀ ਰਾਹ ਦੇ ਦਿੱਤਾ ਤੇ ਜਿੱਦਣ ਰਾਹ ਮਿਲ ਗਿਆ ਉਦਣ ਦਰਗਾਹ ਵੀ ਮਿਲ ਗਈ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਤਿੰਨ ਸ਼ਬਦ, ਇੱਕ ਸੱਚੀ ਚਾਹ ਹੋਵੇ, ਸੱਚੀ ਲਗਨ, ਕਿਉਂਕਿ ਸੱਚੀ ਪ੍ਰੀਤ ਵੀ ਹੁੰਦੀ ਹੈ ਤੇ ਸੱਚੀ ਲਗਨ ਵੀ ਹੁੰਦੀ। ਸੱਚੀ ਪ੍ਰੀਤ ਮਹਾਰਾਜ ਨੇ ਸ਼ਬਦ ਵਰਤਿਆ, ਇਹਦਾ ਮਤਲਬ ਕੋਈ ਝੂਠੀ ਵੀ ਹੈ, ਕਪਟ ਵਾਲੀ ਵੀ ਹੈ, ਪਰ ਜਿੱਥੇ ਸੱਚੀ ਲਗਨ ਹੋਵੇਗੀ ਟਾਈਮ ਲੱਗ ਸਕਦਾ ਹੈ, ਪਰ ਜਿਸ ਅੰਦਰ ਚਾਹ ਹੈ ਉਹਨੂੰ ਜ਼ਰੂਰ ਰੱਬ ਰਾਹ ਦਿੰਦਾ ਤੇ ਜਿਹਨੂੰ ਸਹੀ ਰਾਹ ਮਿਲ ਜਾਵੇ ਉਹ ਰੱਬ ਦੀ ਦਰਗਾਹ ਵਿੱਚ ਨਿਵਾਜਿਆ ਜਾਂਦਾ। ਅੱਜ ਤੱਕ ਸਿਰਫ ਦੇਵੀ ਪੂਜਨ ਕੀਤਾ, ਮਾਪੇ ਪੂਜਦੇ ਰਹੇ, ਕਰਤਾਰਪੁਰ ਆਏ, ਸਾਡੇ ਜਨਮ ਸਾਥੀਆਂ ਦੇ ਸਾਹਿਤ ਵਿੱਚ ਇੱਕ ਬੋਧ ਹੈ, ਗੁਰਦੇਵ ਧਰਮਸ਼ਾਲਾ 'ਚ ਬੈਠੇ ਸਨ, ਇਹ 1532 ਦੀ ਘਟਨਾ ਹੈ। ਧੰਨ ਬਾਬਾ ਬੁੱਢਾ ਸਾਹਿਬ, ਅਸੀਂ ਕਈ ਵਾਰੀ ਵਿਚਾਰਿਆ ਗੁਰੂ ਨਾਨਕ ਸਾਹਿਬ ਨੂੰ 1518 ਨੂੰ ਮਿਲ ਚੁੱਕੇ ਨੇ ਗੁਰੂ ਨਾਨਕ ਸਾਹਿਬ। ਬਾਬਾ ਲਹਿਣਾ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਸੰਗਤ 'ਚ ਬਾਬਾ ਬੁੱਢਾ ਸਾਹਿਬ ਗਏ। ਜਿਸ ਵਕਤ ਭਾਈ ਲਹਿਣਾ ਸਾਹਿਬ ਕਰਤਾਰਪੁਰ ਨੇੜੇ ਜਾਂਦੇ ਨੇ ਤੇ ਸੰਗ ਨੂੰ ਕਹਿੰਦੇ ਨੇ ਕਿ ਮੈਂ ਉਸ ਮਹਾਂਪੁਰਖ ਦੇ ਦਰਸ਼ਨ ਕਰ ਆਵਾਂ ਜਿਸ ਦੇ ਬੋਲ ਸੁਣੇ ਅੰਦਰ ਨੂੰ ਸੁੱਖ ਮਿਲਿਆ। ਆਪ ਘੋੜੇ ਤੇ ਅਸਵਾਰ ਹੋ, ਕਈਆਂ ਨੇ ਘੋੜੀ ਸ਼ਬਦ ਵਰਤਿਆ, ਅਸਵਾਰੀ ਤੇ ਕਰਤਾਰਪੁਰ ਵੱਲ ਜਾਣ ਲੱਗੇ। ਸੰਗ ਪਿੱਛੇ ਸੰਗਦਰ ਤਾਂ ਆਪਾਂ ਸਮਝ ਗਏ ਨਾ, ਨਾਲ ਦੇ ਸਾਥੀ ਦੇਵੀ ਭਗਤ। ਇੱਧਰ ਜਨਮ ਸਾਖੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਮੰਜੇ ਤੇ ਬੈਠੇ ਉੱਠ ਖੜੇ ਹੋਏ ਤੇ ਬਾਬਾ ਬੁੱਢਾ ਸਾਹਿਬ ਪੁੱਛਣ ਲੱਗੇ ਮਹਾਰਾਜ ਕਿੱਥੇ? ਕਹਿਣ ਲੱਗੇ ਤੁਸੀਂ ਟਿਕੋ, ਮੇਰੇ ਰਾਜ ਦਾ ਧਣੀ ਆ ਰਿਹਾ, ਉਹਨੂੰ ਜੀ ਆਇਆ ਕਹਿਆ। ਧਣੀ ਦਾ ਅਰਥ ਮਾਲਕ, ਮੇਰੇ ਰਾਜ ਦਾ ਮਾਲਕ ਆ ਰਿਹਾ, ਇਹਦਾ ਮਤਲਬ ਜਿਸ ਨੇ ਕੱਲ ਨੂੰ ਇਸ ਤਖ਼ਤ ਦਾ ਮਾਲਕ ਬਣਨਾ, ਇਸ ਰਾਜ ਦਾ ਮਾਲਕ ਆ ਰਿਹਾ, ਉਹਨੂੰ ਜੀ ਆਇਆ ਕਹਿਣ ਚੱਲਾ। ਗੁਰੂ ਨਾਨਕ ਸਾਹਿਬ ਬਾਹਰ ਜਾ ਖਲੋਤੇ, ਕਿੰਨਾ ਸਾਦਾਪਨ ਹੋਵੇਗਾ, ਕੋਈ ਚੇਲਿਆਂ ਵਾਲੀ ਚਮਕ ਦਮਕ ਨਹੀਂ। ਸਿੱਖੀ ਤਾਂ ਇੱਕੋ ਗੱਲ ਸਿਖਾਉਂਦੀ ਹੈ ਪਿਆਰਿਓ, ਮੈਂ ਇਹਨਾਂ ਦਿਨਾਂ 'ਚ ਪ੍ਰਕਰਨ ਵੀ ਰੱਖਣਾ ਕਿ ਧਰਤੀ ਪੈਰਾਂ ਹੇਠ ਹੈ, ਪੈਰਾਂ ਹੇਠ ਵਸੰਦਾ ਪਾਣੀ, ਉਸ ਪੌੜੀ ਦੀ ਵਿਆਖਿਆ ਮੈਂ 6-7 ਦਿਨ ਕਰਨੀ ਹੈ। ਸਿੱਖੀ ਹੀ ਹੈ, ਸਿਰਫ ਕਹਿਣ ਮਾਤਰ ਵਿਖਾਵਾ ਕਰ ਲੈਣਾ, ਅਡੰਬਰ ਰਚ ਲੈਣਾ ਨਹੀਂ। ਪਿਆਰਿਓ ਇੱਥੇ ਤਾਂ ਭਰੇ ਹੋਏ ਭਾਂਡੇ ਨੇ, ਜਿਹੜੇ ਬਾਹਰੋਂ ਵੇਖਣ ਨੂੰ ਲੱਗਦਾ ਕਿ ਸਾਧ ਮੁਰਾਦੇ ਨੇ ਕੁਛ ਪਤਾ ਨਹੀਂ, ਪਰ ਅੰਦਰੋਂ ਉਸ ਖਜ਼ਾਨੇ ਨਾਲ ਜੁੜੇ ਨੇ ਜਿਹਨੂੰ ਜੋਗੀ ਵੀ ਕਈ ਕਈ ਸਾਲ ਸਮਾਧੀਆਂ ਲਾ ਕੇ ਨਹੀਂ ਪਹੁੰਚ ਸਕਦੇ। ਸਤਿਗੁਰੂ ਦਾ ਸਾਦਾਪਨ, ਸਾਦੇ ਵਸਤਰ, ਬਾਬਾ ਲਹਿਣਾ ਸਾਹਿਬ ਜੀ ਨੇ ਦੇਖਿਆ ਤੇ ਖੜੇ ਹੋ ਗਏ।
ਹਜ਼ੂਰ ਨੂੰ ਪੁੱਛਿਓ ਨੇ ਕਿ ਬਾਬਾ ਇਹ ਕਰਤਾਰਪੁਰ? ਮੁਸ਼ਕਰਾ ਕੇ ਕਿਹਾ ਹਾਂ ਕਰਤਾਰਪੁਰ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਘਰ ਸੀ ਤਾਂ ਉੱਥੇ ਸਿਰਫ ਇਕੱਲੀ ਧਰਮਸ਼ਾਲੇ? ਹਜ਼ੂਰ ਪੁੱਛਦੇ ਨੇ ਪੁਰਖਾ ਤੁਸੀਂ ਉਹਨਾਂ ਨੂੰ ਮਿਲਣ ਆਏ? ਕਹਿਣ ਲੱਗੇ ਹਾਂ, ਉਹਨਾਂ ਦਾ ਬੋਲ ਸੁਣਿਆ ਸੀ, ਅੱਜ ਦਰਸ਼ਨ ਕਰਨ ਆ ਗਿਆ। ਹਜ਼ੂਰ ਨੇ ਕਿਹਾ ਲਿਆ ਮੈਨੂੰ ਘੋੜੇ ਦੀਆਂ ਲਗਾਮਾਂ ਪਕੜਾ, ਮੈਂ ਤੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਲੈ ਜਾਂਦਾ, ਕਿਉਂਕਿ ਨੀਅਤ ਰਾਸ ਸੀ ਉਹਦਾ। ਘੋੜੇ ਦੀ ਲਗਾਮ ਪਕੜਾਈ, ਗੁਰੂ ਨਾਨਕ ਸਾਹਿਬ ਧਰਮਸ਼ਾਲਾ ਚ ਲਏ। ਸਾਡਾ ਇਤਿਹਾਸ ਤਵਾਰੀ ਕਹਿੰਦੀ ਏ ਨਾਲ ਕਿਆ ਪੁਰਖਾ ਘੋੜਾ ਬੰਨ ਅੰਦਰ ਆ ਜਾ। ਘੋੜਾ ਬੰਨ ਕੇ ਅੰਦਰ ਗਏ, ਸਤਿਗੁਰੂ ਮੰਜੇ ਤੇ ਬੈਠੇ ਸਨ, ਬਾਬਾ ਬੁੱਢਾ ਸਾਹਿਬ ਪਿਆਰੇ ਸੇ ਕੋਲ ਬੈਠੇ ਨੇ। ਭਾਈ ਲਹਿਣਾ ਸਾਹਿਬ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਇਆ, ਮੰਜੇ ਵੱਲ ਇਸ਼ਾਰਾ ਕੀਤਾ, ਜਦੋਂ ਚਰਨਾਂ 'ਚ ਮੱਥਾ ਟੇਕ ਕੇ ਸਤਿਗੁਰੂ ਦੇ ਮੁੱਖ ਵੱਲ ਆਪਣੀ ਨਜ਼ਰ ਕੀਤੀ, ਇੱਕੋ ਦਮ ਕੰਬ ਗਿਆ ਅੰਦਰ ਕਿ ਜਿਹੜਾ ਮੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਏ ਤਾਂ ਖੁਦ ਗੁਰੂ ਨਾਨਕ ਸਾਹਿਬ ਸਨ। ਮਹਾਰਾਜ ਜੀ ਦੇ ਦੀਦਾਰ ਕੀਤੇ ਪਰ ਬੋਲੇ ਨਹੀਂ। ਮਨ 'ਚ ਇੱਕੋ ਆਇਆ ਮਨਾ, ਪਹਿਲੇ ਦਿਨ ਆਇਆ, ਪਹਿਲੇ ਦਿਨ ਵੀ ਅਦਬ ਨਹੀਂ ਕਰ ਸਕਿਆ। ਚਾਹੀਦਾ ਇਹ ਸੀ ਹਜ਼ੂਰ ਘੋੜੇ ਤੇ ਸਵਾਰ ਹੁੰਦੇ, ਤੂੰ ਪੈਦਲ ਚੱਲਦਾ। ਪਰ ਮਹਾਰਾਜ ਜੀ ਨੇ ਦੇਖ ਲਿਆ ਵੀ ਅੰਦਰੋਂ ਮਹਿਸੂਸ ਕਰ ਗਏ ਨੇ ਤੇ ਪੁੱਛਿਆ ਪੁਰਖਾ ਤੇਰਾ ਨਾਮ ਕੀ ਹੈ? ਪਹਿਲਾਂ ਤਾਂ ਬੋਲੇ ਨਹੀਂ ਕਿ ਪਹਿਲੇ ਦਿਨ ਹੀ ਬੇਅਦਬੀ ਹੋ ਗਈ ਮੇਰੇ ਤੋਂ। ਮਹਾਰਾਜ ਕਹਿੰਦੇ ਨੇ ਪੁਰਖਾ ਨਾਮ ਕੀ? ਮਹਾਰਾਜ ਮਾਤਾ ਪਿਤਾ ਨੇ ਨਾਂ ਲੈਣਾ ਰੱਖੇ। ਹੱਸ ਕੇ ਕਹਿਣ ਲੱਗੇ ਤੂੰ ਲੈਣਾ ਹੈ ਅਸਾਂ ਤੇਰਾ ਦੇਣਾ ਹੈ, ਤੂੰ ਲੈਣਾ ਅਸੀਂ ਤੇਰਾ ਦੇਣਾ। ਤੇ ਲੈਣ ਵਾਲੇ ਘੋੜਿਆਂ ਤੇ ਚੱਲ ਕੇ ਆਉਂਦੇ ਨੇ, ਕੋਈ ਨਹੀਂ, ਕੋਈ ਮਨ 'ਚ ਨਾ ਸੋਚ, ਤੂੰ ਲੈਣਾ ਅਸੀਂ ਦੇਣਾ। ਲੈਣ ਵਾਲੇ ਘੋੜਿਆਂ ਤੇ ਆਉਂਦੇ ਨੇ, ਬੈਰਾਗ ਚਰਨ ਪਕੜ ਲੈ, ਮਹਾਰਾਜ ਕਿਰਪਾ ਕਰੋ ਮੈਨੂੰ ਬਖਸ਼ ਦਿਓ। ਤੇ ਸਾਡੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜ ਜੀ ਨੇ ਖੱਸ ਕੇ ਕਿਹਾ ਪੁਰਖਾ ਅੱਜ ਘੋੜੇ ਦੀਆਂ ਲਗਾਮਾਂ ਪਕੜਾਈਆਂ ਨਹੀਂ, ਕਰਤਾਰਪੁਰ ਦੀ ਧਰਮਸ਼ਾਲਾ ਮਿਲ ਗਈ, ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ, ਮੈਂ ਤੈਨੂੰ ਕਰਤਾਰ ਦੇ ਘਰ ਵਿੱਚ ਲੈ ਜਾਵਾਂ। ਮਨ ਦੀ ਲਗਾਮ ਪਕੜਾ, ਕਰਤਾਰ ਦੇ ਘਰ 'ਚ ਲੈ ਜਾਵਾਂ। ਸੱਚਮੁੱਚ ਪਿਆਰਿਓ ਇਹੋ ਜਿਹੀ ਲਗਾਮ ਪਕੜਾਈ ਗੁਰੂ ਨਾਨਕ ਸਾਹਿਬ ਕਰਤਾਰ ਦੇ ਘਰ ਕੀ ਕਰਤਾਰ ਕਾ ਰੂਪ ਹੀ ਬਣਾ ਦਿੱਤਾ। 1532 ਤੋਂ ਲੈ ਕੇ 1539 ਤੱਕ ਇਹ 7-8 ਸਾਲ ਦੀ ਕਾਲਣਾ ਹੈ। ਉਹਨਾਂ ਨੇ ਕਿਹੜੀ ਕਾਲਣਾ ਕਰ ਲਈ? ਗੁਰੂ ਨਾਨਕ ਸਾਹਿਬ ਬਾਰੇ ਤਾਂ ਕਿਹਾ ਜਾਂਦਾ ਭਾਈ ਕਰੀ ਤਪੱਸਿਆ ਵੱਡੇ ਭਾਗ ਹਰਸ਼ੋਂ ਬਣਿਆ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ, ਇਹਨੀ ਭਗਤੀ ਕੀਤੀ। ਪਰ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਨੇ ਜਿਹੜੀ ਕਮਾਈ ਕੀਤੀ, ਪਿਆਰੋ ਅੱਜ ਦਾ ਸਿੱਖ ਉਹਨੂੰ ਚੇਤੇ ਰੱਖੇ, ਉਹਨਾਂ ਤਰਕ ਸੰਯੁਕਤ ਕਮਾਈ ਨਹੀਂ ਕੀਤੀ। ਯਾਦ ਰੱਖਿਓ ਬਾਬਾ ਲਹਿਣਾ ਸਾਹਿਬ ਜੀ ਨੇ ਸਿਰਫ ਕਮਾਈ ਜਿਹੜੀ ਕੀਤੀ ਉਹ ਹੁਕਮ ਮੰਨਣ ਦੀ ਘਾਲਣਾ ਘਾਲੀ, ਇੱਕੋ ਗੱਲ ਮਨ 'ਚ ਪੱਕੀ ਕਰ ਲਈ ਕਿ ਜੋ ਤੇਰੇ ਬਾਬਾ ਜੀ ਕਹਿਣ ਤੂੰ ਸੱਤ ਬਚਨ ਕਹਿਣੇ, ਦੁਨੀਆਂ ਉਸ ਬਚਨ ਬਾਰੇ ਜੋ ਮਰਜ਼ੀ ਕਹੇ, ਤੇਰੇ ਵਾਸਤੇ ਰੱਬੀ ਹੁਕਮ ਹੈ, ਤੂੰ ਉਸੇ ਵਕਤ ਹੀ ਉਹਦੀ ਪਾਲਣਾ ਕਰਨੀ। ਸਾਖੀਆਂ ਜ਼ਿਆਦਾ ਡਿਟੇਲ 'ਚ ਨਹੀਂ,
ਸਿਰਫ ਟਿਊਕ ਮਾਤਰ ਨੇ, ਕਿਉਂਕਿ ਜੋ ਸਾਖੀਆਂ ਸਾਡੇ ਵਿਦਵਾਨਾਂ ਨੇ ਸਾਂਭੀਆਂ ਇਹ ਇਸ ਘਰ ਵਿੱਚ ਤਾਂ ਹੁਕਮ ਮੰਨਣ ਵਾਲਾ ਪ੍ਰਵਾਨ ਹੈ। ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਮ੍ਰਿਤ ਬੋਲ ਨੇ, ਤੂੰ ਗੁਰੂ ਦਾ ਪੱਲਾ ਪਕੜ ਲੈ। ਅਤੇ ਉਹ ਸਤਿਗੁਰੂ ਦਾ ਬੋਲ ਕਿ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਹਲੀ। ਆਪਣੇ ਪੱਲੇ ਨਾ ਲੜੋ, ਲੜ ਪਕੜਾ ਦਿਓ। ਅਤੇ ਮਹਾਰਾਜ ਕਹਿੰਦੇ ਨੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹ 'ਚ ਕੀ ਕਿਹਾ ਵੀ ਕਿਹੜੀ ਜੁਗਤ ਦੱਸੀ, ਸਭ ਤੋਂ ਸੌਖੀ ਅਤੇ ਜ਼ਿੰਦਗੀ 'ਚ ਕਮਾਉਣ ਵਾਸਤੇ ਸਭ ਤੋਂ ਔਖੀ ਹੈ, ਬੜੀ ਔਖੀ ਬੜੀ। ਜੇ ਤਾਂ ਮੈਂ ਸ਼ਬਦ ਦੋ ਵਰਤੇ ਨੇ ਸੌਖੀ, ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਨਾਲ ਸੁੱਖ ਵੀ ਦਿੰਦੀ ਸੁੱਖ ਸਾਰ। ਹਜ਼ੂਰ ਨੇ ਕਿਹਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਬਸ ਅੱਜ ਸਹੀ ਗੱਲ, ਜੇ ਸਾਡੇ ਅੰਦਰ ਬੇਚੈਨੀ ਕਿਉਂ ਹੈ, ਅੰਦਰ ਖਿੰਡੇ ਪੈਣ। ਬਾਣੀ ਪੜ੍ਹਦਾ ਵੀ ਬੰਦਾ ਸੁੱਕਿਆ ਹੋਵੇ, ਵਿਚਾਰਾ ਪੜ੍ਹ ਵੀ ਲੈਂਦਾ, ਅਤੇ ਕਸੂਰ ਤੁਹਾਡਾ ਕੋਈ ਨਹੀਂ। ਜੇ ਕਸੂਰ ਸਾਡਾ ਬੋਲਣ ਵਾਲਿਆਂ ਦਾ ਹੀ, ਅਸੀਂ ਨਹੀਂ ਟਿਕਣ ਦਿੰਦੇ ਪਏ ਕਿਸੇ ਪਾਸੇ। ਗੁਰੂ ਗ੍ਰੰਥ ਸਾਹਿਬ ਦਾ ਬੋਲ ਹੈ ਕਿ ਜਦੋਂ ਪੱਲਾ ਪਕੜ ਲਿਆ ਜਾਏ, ਅਤੇ ਪੱਲਾ ਪਕੜਨ ਦਾ ਮਤਲਬ ਕੇਵਲ ਕੱਪੜਾ ਪਕੜ ਨਹੀਂ, ਪੱਲਾ ਪਕੜਨ ਦਾ ਮਤਲਬ ਜੋ ਗੁਰੂ ਨੇ ਕਹਿ ਦਿੱਤਾ ਕਦੀ ਤਰਕ ਨਹੀਂ ਕਰਨਾ, ਬਸ ਸੱਤ ਬਚਨ ਕਰਕੇ ਮੰਨੀ ਜਾਣੇ। ਅਤੇ ਜਦੋਂ ਕੋਈ ਪੱਲਾ ਪਕੜਦਾ, ਅਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਅੱਖਾਂ ਲਈ ਨਹੀਂ ਕਿਹਾ ਮੈਨੂੰ ਅੱਖਾਂ ਦੀ ਜੋਤ ਦਿਓ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਤਾਂ ਕਿਹਾ ਜਾਂਦਾ ਮਾਲਕ ਮੈਨੂੰ ਅੱਖਾਂ ਦੀ ਜੋਤ ਦੇ ਦਿਓ, ਨਹੀਂ ਕਹਿੰਦੇ ਜੋਤ ਨਹੀਂ ਮੰਗੀ। ਅੰਧੇਪਨ ਨੂੰ ਦੂਰ ਕਰਨ ਲਈ ਆਪਣੇ ਅੱਖਾਂ ਦੀ ਜੋਤ ਨਹੀਂ ਮੰਗੀ, ਸਿਰਫ ਕਿਹਾ ਤੁਸੀਂ ਪੱਲਾ ਪਕੜਾ ਦਿਓ। ਇਹਦਾ ਮਤਲਬ ਇਹ ਸੀ ਸੱਚੇ ਪਾਤਸ਼ਾਹ ਮੈਨੂੰ ਬਲਾਇੰਡ ਫੇਥ ਦੇ, ਪੱਲਾ ਤੁਹਾਡਾ ਹੋਵੇ, ਅੱਖਾਂ ਤੁਹਾਡੀਆਂ ਹੋਣ, ਪੈਰਾਂ ਨਾਲ ਮੈਂ ਆਪ ਚੱਲਾਂ। ਬਸ ਪੈਰਾਂ ਨਾਲ ਆਪ ਚੱਲਣੀ ਤਾਂ ਗੁਰੂ ਦਾ ਹੁਕਮ ਮੰਨਣਾ ਹੈ, ਆਪਣੀਆਂ ਅੱਖਾਂ ਨਹੀਂ, ਅੱਖਾਂ ਗੁਰੂ ਦੀਆਂ। ਦੋ ਚੀਜ਼ਾਂ ਨੇ ਜਦੋਂ ਪੱਲਾ ਕੋਈ ਪਕੜਦਾ, ਤੁਸੀਂ ਦੇਖਦੇ ਹੋ ਸੂਰਮੇ ਸਿੰਘਾਂ ਨੂੰ ਕਿ ਉਹ ਲਾਉਂਦਾ ਪਕੜ ਕੇ, ਉਹ ਬਾਂਹ ਕਿਸੇ ਦੀ ਪਕੜਦੇ ਨੇ ਪਰ ਅੱਖਾਂ ਤਾਂ ਆਪਣੀਆਂ ਨਹੀਂ ਵਰਤਦੇ ਨਾ। ਜਿਹਦਾ ਪੱਲਾ ਪਕੜਿਆ ਉਹਦੇ ਭਰੋਸੇ 'ਤੇ ਜ਼ਿੰਦਗੀ ਹੈ, ਜਿਹਦਾ ਪੱਲਾ ਪਕੜਿਆ ਉਹਦੇ ਭਰੋਸੇ 'ਤੇ ਆਪਣਾ ਸਰੀਰ ਹੈ। ਪਿਆਰੇ, ਉਹ ਦੁਨਿਆਵੀ ਤੌਰ 'ਤੇ ਜਿਹਦਾ ਪੱਲਾ ਪਕੜੇ ਕੋਈ, ਉਹਦੇ ਭਰੋਸੇ 'ਤੇ ਆਪਣਾ ਕੀਮਤੀ ਜਿੰਦ ਆਪਣਾ ਸਰੀਰ ਲਾ ਦਿੰਦਾ, ਅਤੇ ਜਿਹੜਾ ਗੁਰੂ ਦਾ ਪੱਲਾ ਪਕੜ ਲਵੇ ਉਹ ਸਭ ਕੁਝ ਆਪਣੇ ਗੁਰੂ ਦੇ ਭਰੋਸੇ 'ਚ ਲਾ ਦਿੰਦਾ। ਅੱਖਾਂ ਗੁਰੂ ਦੀਆਂ, ਪੈਰਾਂ ਆਪਣੇ ਨਾਲ ਚੱਲਾਂਗਾ। ਪਰ ਉੱਥੇ ਸਾਹਿਬ ਨੇ ਕਿਹਾ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੇ। ਜਾਂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ, ਅਕਥ ਕੇਰੀ ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਸਭ ਕੁਝ ਦੇ ਕੇ। ਪਰ ਸੌਂਪਣ ਤੋਂ ਬਾਅਦ ਇੱਕ ਅਵਸਥਾ ਹੋਰ ਹੈ, ਤਨ ਵੀ ਦੇ ਦਿੱਤਾ ਮਨ ਵੀ ਦੇ ਦਿੱਤਾ, ਪਰ ਮਹਾਰਾਜ ਕਹਿੰਦੇ ਹੁਕਮ ਮੰਨਿਆ ਪਾਈਐ। ਜਾਂ ਸਤਿਗੁਰੂ ਦੇ ਬਚਨ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਜੋ ਗੁਰ ਕਹੇ ਸੋਈ ਪਲ ਮੰਨੋ। ਜਾਂ ਸਾਹਿਬ ਨੇ ਕਿਹਾ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੈਨੂੰ ਸਮਝ ਨਾ ਪਏ ਪਰ ਆਪਣੀ ਮਨ ਮਤ ਨਾਲ ਗੁਰੂ ਦੇ ਹੁਕਮ ਤੇ ਤਰਕ ਨਾ ਕਰੀ, ਤਿਆਗੇ ਮਨ ਕੀ ਮਤੜੀ ਵਿਸਾਰੈ ਦੂਜਾ ਪਹੁ ਜੀਓ। ਬਾਬਾ ਲਹਿਣਾ ਸਾਹਿਬ ਨੇ ਪਿਆਰੇ ਹੁਕਮ ਦੀ ਕਾਰ ਕਮਾਈ। ਮੈਂ ਸਿਰਫ ਸੰਖੇਪ ਜਿਹੀਆਂ ਬੇਨਤੀਆਂ ਕਰ ਦੇਣਾ,
ਘਰ ਦੇ ਖੱਟੀ ਸਨ, ਬਾਬਾ ਜੀ ਤਾਂ ਕਿਰਸਾਨੀ ਕਰ ਰਹੇ ਨੇ। 18 ਸਾਲ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਖੇਤੀ ਕੀਤੀ, ਆਪ ਹਲ ਵਾਹਿਆ। ਭਾਈ ਸਾਹਿਬ ਕਹਿੰਦੇ ਨੇ ਆਮ ਜ਼ਿਮੀਦਾਰਾਂ ਦੀ ਤਰ੍ਹਾਂ ਮੰਜੇ 'ਤੇ ਬੈਠਦੇ ਸੀ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਲ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਬਾਣੀ ਮੁੱਖੋਂ ਉਚਾਰੀ ਹੈ, ਮੈਂ ਵਿੱਚੋਂ ਤੁਕਾ ਲੈ ਰਿਹਾ ਪੌੜੀ 'ਚ, ਬਾਣੀ ਮੁੱਖੋਂ ਉਚਾਰੀ ਹੈ, ਹੋਏ ਰੁਸ਼ਨਾਈ ਮਿੱਟੇ ਅੰਧਿਆਰਾ, ਗਿਆਨ ਗੋਸ਼ਟ ਚਰਚਾ ਸਦਾ, ਆਨੰਦ ਸ਼ਬਦ ਉੱਠੇ ਤੁਨਕਾਰਾ। ਇਸੇ ਕਰਤਾਰਪੁਰ ਤੋਂ ਆ ਬੜੇ ਅਰਥ ਗਹਿਰੇ ਜੀ, ਆਨੰਦ ਸ਼ਬਦ ਉੱਠੇ ਤੁਨਕਾਰਾ। ਕਮਾਲ ਦੀ ਗੱਲ, ਜੋਗੀ ਘਰ ਬਾਰ ਛੱਡ ਕੇ ਪਹਾੜਾਂ 'ਚ ਬੈਠ ਕੇ ਆਨੰਦ ਸੁਣਦੇ ਨੇ, ਇੱਥੇ ਗੁਰੂ ਨਾਨਕ ਦੇ ਘਰ ਵਿੱਚ ਨਦੀਨ ਕੱਢਣ ਵਾਲੇ ਵਿੱਚ ਵੀ ਆਨੰਦ ਚੱਲਦਾ ਪਿਆ, ਆਨੰਦ ਦੀ ਧੁਨੀ ਚੱਲ ਰਹੀ ਹੈ। ਇੱਥੋਂ ਹੀ ਮਹਾਰਾਜ ਬਟਾਲੇ ਜਾਂਦੇ ਨੇ, ਜਿੱਥੇ ਸਿੱਧਾਂ ਦੀ ਆਖਰੀ ਗੋਸ਼ਟ ਹੁੰਦੀ ਹੈ, ਜਿਨ੍ਹਾਂ ਨੇ ਥਾਂ ਪਰ ਥਾਂ ਮਹਾਰਾਜ ਨਾਲ ਬੜੀ ਟੱਕਰ ਲਈ ਜੀ, ਗੋਰਵ ਮਤਾ ਜਾਂ ਪਹਾੜਾਂ 'ਤੇ, ਪਰ ਅਖੀਰ ਅਚਲ ਦੀ ਧਰਤੀ 'ਤੇ ਆ ਕੇ ਉਹਨਾਂ ਮੱਥਾ ਟੇਕ ਕੇ ਕਿਹਾ, ਬਾਬੇ ਕੀਤੀ ਸਿੱਧ ਗੋਸ਼ਟ। ਬੜੇ ਤੜਫਦੇ ਸਨ ਵਿਚਾਰੇ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਏ, ਅੱਜ ਬਿਲਕੁਲ ਠੰਡੇ ਕਰ ਦਿੱਤੇ ਸ਼ਬਦ ਦੀ ਕਿਰਪਾ ਨਾਲ। ਸ਼ਬਦ ਸ਼ਾਂਤ ਵੇਖੋ ਠੰਡੇ ਕਰਨ ਵਿੱਚ ਵੀ ਬੜਾ ਫਰਕ ਹੈ। ਇੱਕ ਹੁੰਦਾ ਕਿਸੇ ਦੀ ਬੇਇੱਜ਼ਤੀ ਕਰਕੇ ਠੰਡਿਆਂ ਕਰਦੇ ਨੇ, ਆਹ ਸਾਡੇ ਪੰਜਾਬੀ ਸ਼ਬਦ ਵਰਤਦੇ ਨੇ, ਮੈਂ ਇਹੋ ਜਿਹਾ ਬੋਲਿਆ ਅਗਲਾ ਠੰਡਾ ਕਰਤਾ, ਲਾ ਤਾ ਬਰਫੇ ਵੀ ਨਹੀਂ। ਬਾਬਾ ਇਸ ਤਰ੍ਹਾਂ ਠੰਡਾ ਨਹੀਂ ਕਰਦਾ, ਬੇਇੱਜ਼ਤੀ ਕਰਕੇ ਨਹੀਂ ਗੁਰੂ ਨੇ ਕਿਸੇ ਨੂੰ ਪਿਆਰਿਓ। ਸ਼ਬਦ ਦੀ ਸਮਝ ਸੀ ਸਿੱਧਾਂ 'ਚ, ਪਰ ਬਰਫ 'ਤੇ ਬੈਠੇ ਵੀ ਤਪੀ ਜਾ ਰਹੇ ਸਨ। ਮੇਰੇ ਗੁਰੂ ਨਾਨਕ ਨੇ ਕਿਹਾ ਜੇ ਸ਼ਬਦ ਦੀ ਗੱਲ ਕਰਦੇ ਹੋ ਤਾਂ ਹੈ ਹੀ ਬੜਾ ਠੰਡਾ, ਆਓ ਸ਼ਬਦ ਨੂੰ ਮਾਣੋ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਉੱਥੇ ਫਿਰ ਭਾਈ ਸਾਹਿਬ ਕਹਿੰਦੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਕਿਹਾ ਕਮਾਈ ਵਾਲਿਆਂ ਨੇ ਕਿਹਾ ਮੈਂ ਵੱਡੀ ਕਮਾਈ, ਕਿਉਂਕਿ ਉਹਨੂੰ ਪਤਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਪਿਆਰਿਓ ਉਸ ਕਰਤਾਰਪੁਰ ਦੀ ਧਰਤੀ 'ਤੇ ਹੱਟੀ 'ਤੇ ਬਹਿਣ ਵਾਲੇ ਬਾਬਾ ਲਹਿਣਾ ਸਾਹਿਬ ਆਉਂਦੇ ਨੇ ਘਰੋਂ ਵਾਪਸ, ਇੱਕ ਵਾਰੀ ਜਾ ਕੇ ਵਾਪਸ ਆਉਂਦੇ ਨੇ। ਮਾਤਾ ਖੀਵੀ ਜੀ ਨੂੰ ਕਹਿ ਦਿੰਦੇ ਨੇ ਆਪਣੇ ਮਹਿਲ ਨੂੰ ਕਿ ਮੇਰਾ ਸਭ ਕੁਝ ਹੁਣ ਗੁਰੂ ਨਾਨਕ ਸਾਹਿਬ ਕੇ। ਬੜੇ ਸੋਹਣੇ ਕੱਪੜੇ ਪਾ ਕੇ ਅੱਜ ਆਏ, ਚਿੱਟੇ ਕੱਪੜੇ, ਅਤੇ ਗੁਰੂ ਸਾਹਿਬ ਆ ਹੀ ਮਹੀਨਾ ਚੱਲ ਰਿਹਾ ਸੀ, ਅੱਜ ਕੱਲ੍ਹ ਨਦੀਨ ਕੱਢਿਆ ਜਾਂਦਾ, ਨਦੀਨ ਆਪਾਂ ਛਵਨਦੇ ਹਾਂ ਨਾ, ਝੋਨੇ ਵਿੱਚੋਂ ਜਿਹੜਾ ਘਾਹ ਪੱਟਣੇ ਕੱਢਦੇ ਸਨ, ਆ ਗਏ ਨਾਲ। ਕਦੀ ਨਦੀਨ ਪੱਟਿਆ ਹੁੰਦਾ ਤੇ ਤਾਂ ਹੱਟੀ 'ਤੇ ਬੈਠੇ ਸਨ, ਝੋਨੇ ਦੇ ਪੇਡੇ ਪੱਟਣ ਲੱਗ ਪਏ ਪੌਦੇ। ਸਤਿਗੁਰੂ ਨੇ ਕਿਹਾ ਪੁਰਖਾ ਤੈਨੂੰ ਪੱਟਣ ਵਾਸਤੇ ਨਹੀਂ, ਤੈਨੂੰ ਲਾਉਣ ਵਾਸਤੇ ਸੱਦਿਆ। ਨਦੀਨ ਪੱਟ ਕੇ ਵੱਟ 'ਤੇ ਰੱਖਿਆ, ਧੋ ਕੇ ਪਾਣੀ 'ਚ, ਕਹਿਣ ਲੱਗੇ ਲੈਣੇ ਚੁੱਕ ਆਪਣੇ ਸਿਰ 'ਤੇ ਪਾਣ। ਇੱਥੋਂ ਹੁਕਮ ਮੰਨਣ ਦੀ ਗੱਲ ਸ਼ੁਰੂ ਹੁੰਦੀ, ਚਿੱਟੇ ਕੱਪੜੇ ਅਤੇ ਨਦੀਨ ਵਾਲੇ ਘਾਹ ਦਾ ਪਾਣੀ ਮੈਲਾ ਹੁੰਦਾ, ਸਾਰੇ ਕੱਪੜੇ ਭਰੇ ਗਏ। ਅਤੇ ਜਦੋਂ ਘਰ ਲਿਆ ਕੇ ਵੰਡ ਸੱਟੀ ਅਤੇ ਮਾਤਾ ਸੁਲੱਖਣੀ ਨੇ ਕਿਹਾ ਮਹਾਰਾਜ ਅੱਜ ਆਇਆ, ਇਹਦੇ ਸਿਰ 'ਤੇ ਆਉਂਦਿਆਂ ਸਾਰ ਪੰਡ ਟਿਕਾ ਦਿੱਤੀ, ਕੱਪੜੇ ਚਿੱਟਿਆਂ ਨੂੰ ਚਿੱਕੜ ਲੱਗ ਗਿਆ। ਉੱਥੇ ਬਚਨ ਜਿਹੜੇ ਕਹਿਣ ਲੱਗੇ ਸੁਲੱਖਣੀ ਹੈ, ਇਹਦੇ ਤੋਂ ਬਿਨਾਂ ਪੰਡ ਕਿਸੇ ਨਹੀਂ ਚੁੱਕਣੀ, ਸਿਰਫ ਪੰਡ ਲੈਣੀ ਚੁੱਕੇਗਾ। ਦੂਜੀ ਗੱਲ, ਇਹ ਚਿੱਕੜ ਦੇ ਛੱਟੇ ਨਹੀਂ, ਗੁਰੂ ਘਰ ਵਿੱਚ ਸੇਵਾ ਕਰਨ ਵਾਸਤੇ ਚਿੱਕੜ ਵੀ ਕੇਸਰ ਬਣ ਜਾਂਦਾ ਹੁੰਦਾ ਹੈ, ਕੇਸਰ ਜਿੱਤ ਦੀ ਨਿਸ਼ਾਨੀ ਹੈ।
ਪੰਡ ਹੀ ਚੁੱਕੇਗਾ। ਫਿਰ ਹੁਕਮ ਮੰਨਿਆ ਪਿਆਰਿਓ, ਜੇ ਰਾਤ ਨੂੰ ਆਵਾਜ਼ ਦਿੱਤੀ ਲੈਣਿਆ ਮੇਰੇ ਬਸਤਰ ਤੋਂ ਸੱਤ ਬਚਨ, ਕੰਧ ਡੇਗੀ ਧਰਮਸ਼ਾਲਾ ਦੀ ਬਣਾ ਸੱਤ ਬਚਨ, ਮਰੀ ਕੋਈ ਚੂਈ ਨੂੰ ਬਾਹਰ ਸੱਟ ਧਰਮਸ਼ਾਲਾ ਤੋਂ ਸੱਤ ਬਚਨ, ਇੱਥੋਂ ਤੱਕ ਕਿ ਕਿੱਕਰ ਨੂੰ ਹਨੂਣਾ ਦੇ ਮਠਿਆਈ ਡਿੱਗੇਗੀ ਸੱਤ ਬਚਨ, ਕਿੰਨੀ ਕੁ ਰਾਤ ਰਹਿ ਗਈ ਜਿੰਨੀ ਤੇਰੀ ਰਜ਼ਾ ਵਿੱਚ ਨਿਕਲੀ ਤੁਸੀਂ ਕੱਢੀ, ਬਾਕੀ ਜਿੰਨੀ ਰਹਿ ਜਾਏਗੀ ਉਹ ਵੀ ਤੁਹਾਡੇ ਭਾਂਡੇ ਵਿੱਚ ਨਿਕਲੇਗੀ। ਪਿਆਰਿਓ ਸਿਰਫ ਹੁਕਮ ਮੰਨਿਆ, ਹੁਕਮ ਮੰਨਦਿਆਂ ਮੰਨਦਿਆਂ ਜਿਹੜਾ ਦਿਨ ਅੱਜ ਮਨਾਇਆ ਜਾ ਰਿਹਾ ਸਿੱਖ ਜਗਤ ਵੱਲੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ 1539 ਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰ ਦਿੱਤੇ। ਇੱਕ ਬੜਾ ਵੱਡਾ ਇਨਕਲਾਬ ਆਇਆ, ਇਹ ਇਕੱਲਾ ਇਤਿਹਾਸਕ ਲਿਖਤਾ ਨਹੀਂ, ਸਾਡੇ ਗੁਰੂ ਸਾਹਿਬ ਦੀ ਬਾਣੀ 'ਚ ਬਚਨ ਨੇ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ, ਦੇ ਗੁਣਾ ਸਤ ਭੈਣ ਪਾਰ ਆਪ ਕਹਿ ਪਾਰ ਅੰਗਰ ਦਾਨ ਪੜੀਮਦ ਹੈ, ਨਾਨਕ ਰਾਜ ਚਲਾਇਆ ਸਚ ਕੋਟ ਸ਼ਤਾਣੀ ਨੀਮਦ ਹੈ, ਲਹਿਣੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦ ਹੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਪੂ ਹੈ ਜੀਦੇ ਗੁਰ। ਗੁਰੂ ਨੇ ਚੇਲੇ ਰਹਿ ਰਾਸ ਕੀ ਗੁਰਗੱਦੀ ਦੇਣ ਲੱਗਿਆ, ਗੁਰੂ ਨੇ ਆਪਣੇ ਚੇਲੇ ਨੂੰ ਮੱਥਾ ਟੇਕ ਦਿੱਤਾ, ਗੁਰ ਚੇਲੇ ਰਹਿ ਰਾਸ ਕੀ, ਤੇ ਪਿਆਰਿਓ ਨਾਨਕ ਸਲਾਮਤ ਥੀਵਦ ਹੈ। ਸਲਾਮਤ ਦਾ ਅਰਥ ਅਜੇ ਹਯਾਤੀ, ਹਜ਼ਾਤੀ ਮਤਲਬ ਅਜੇ ਜੀਵਨ ਚ, ਅਜੇ ਸਰੀਰ ਚ, ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰਕ ਚੋਲੇ ਚ ਵਿਚਰਦਿਆਂ ਆਪਣੇ ਜਿਉਂਦੇ ਜੀ ਚੇਲੇ ਨੂੰ ਮੱਥਾ ਟੇਕ ਦਿੱਤਾ। ਸੱਚ ਇਹਵੇ ਕਿ ਗੁਰੂ ਚੇਲੇ ਦੀ ਸੰਧ ਤਾਂ ਪਹਿਲੇ ਜਾਮੇ ਵਿੱਚ ਹੀ ਸ਼ੁਰੂ ਹੋ ਗਈ ਹੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦ ਹੈ, ਸਹਿ ਟਿੱਕਾ ਦਿਤੋਸ਼ ਜੀਵਦ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੁਨੀਆਂ ਦੇ ਤਖਤਾਂ ਨਾਲ ਇਹਨੂੰ ਤੁਲਨਾ ਨਾ ਦੇਣੀ, ਧਿਆਨ ਦਿਆ ਜੀ, ਬਾਦਸ਼ਾਹ ਦੇ ਤਖਤ ਨਾਲ ਤੁਲਨਾ ਨਹੀਂ ਦੇਣੀ। ਕਿਵੇਂ ਜੀ ਭਾਈ ਸਾਹਿਬ ਕਹਿੰਦੇ, ਪਹਿਲੀ ਗੱਲ ਦੁਨਿਆਵੀ ਬਾਦਸ਼ਾਹ ਆਪਣੇ ਮਰ ਦੇ ਦਮ ਤੱਕ ਆਪਣੀ ਗੱਦੀ ਛੱਡਣ ਨੂੰ ਤਿਆਰ ਹੀ ਨਹੀਂ, ਬੜੇ ਐਸ਼ੇ ਮਰਦੇ ਦਮ ਤੱਕ ਉਹ ਨਹੀਂ ਚਾਹੁੰਦੇ ਕਿ ਅਸੀਂ ਗੱਦੀ ਛੱਡ ਦਈਏ, ਪਰ ਜੇ ਉਹਨਾਂ ਦੇ ਗੱਦੀ ਛੱਡਣ ਦਾ ਵੇਲਾ ਹੁੰਦਾ, ਸੱਚ ਇਹਵੇ ਕਿ ਮਰਨ ਤੋਂ ਪਹਿਲਾਂ ਸਥਾਪਿਤ ਕਰਨਾ ਚਾਹੁੰਦੇ ਨੇ, ਮੇਰੇ ਮਰਨ ਤੋਂ ਬਾਅਦ ਮੇਰਾ ਪੁੱਤ ਹੀ ਗੱਦੀ ਉੱਤੇ ਬੈਠੇ। ਪਹਿਲਾਂ ਦੁਨਿਆਵੀ ਰਿਹਾ, ਡੈਮੋਕ੍ਰੇਸੀ ਤੇ ਅੱਜ ਨਾਂ ਦੀ ਹੈ, ਚੱਲਦਾ ਤਾਂ ਪੁਸ਼ਤੈਨੀ ਰਾਜ ਗਏ ਨਾ ਹਿੰਦੁਸਤਾਨ ਵਿੱਚ, ਬਾਦਸ਼ਾਹ ਆਪਣੇ ਮਰਨ ਤੱਕ ਗੱਦੀ ਨਹੀਂ ਛੀ ਸਕਦਾ, ਮਰਨ ਤੋਂ ਬਾਅਦ ਪੁੱਤ ਹੀ ਗੱਦੀ ਤੇ ਬੈਠਦਾ। ਪਰ ਕਹਿੰਦੇ ਇੱਥੇ ਪੁੱਤ ਦੋਨੋਂ ਕੋਲ ਖਲੋਤੇ ਨੇ, ਗੁਰੂ ਨਾਨਕ ਸਾਹਿਬ ਗੁਰਗੱਦੀ ਦੇਣ ਤੋਂ ਬਾਅਦ ਸਰੀਰ ਵਿੱਚ ਵਿਚਰੇ ਨੇ, ਆਪਣੀ ਹਯਾਤੀ ਵਿੱਚ ਪੁੱਤਾਂ ਦੇ ਸਾਹਮਣੇ ਗੱਦੀ ਸੇਵਕ ਨੂੰ ਦਿੱਤੀ ਹੈ, ਦਾਸ ਨੂੰ ਦਿੱਤੀ ਹੈ। ਫਿਰ ਉਸ ਤੋਂ ਬਾਅਦ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਗੁਰਗੱਦੀ ਦਿੰਦੇ ਨੇ, ਬਾਬਾ ਲਹਿਣਾ ਸਾਹਿਬ ਨੂੰ ਗੁਰੂ ਅੰਗਦ ਦੇ ਬਣਾਉਂਦੇ ਨੇ, ਪਰ ਦੁਨਿਆਵੀ ਬਾਦਸ਼ਾਹ ਦਾ ਪੁੱਤਰ ਜਦੋਂ ਗੱਦੀ ਤੇ ਬੈਠਦਾ ਸੀ ਪਹਿਲਾਂ ਕੰਮ ਇਹ ਕਰਦਾ ਸੀ ਕਿ ਬਾਪ ਨੂੰ ਖਾਕ ਦੇ ਸਪੁਰਦ ਕਰਨ ਤੋਂ ਪਹਿਲਾਂ ਉਹ ਕਾਜੀ ਮੁੱਲਾ ਨੂੰ ਇਕੱਠੇ ਕਰਕੇ ਕਹਿੰਦਾ ਸੀ ਕਿ ਮੇਰੇ ਨਾਂ ਦਾ ਖੁਤਬਾ ਪੜੋ, ਜਾ ਕੇ ਆਪਣੇ ਨਾਂ ਦਾ ਖੁਤਬਾ ਪੜਾਉਂਦਾ ਸੀ।
ਬਾਪ ਅਜੇ ਕਬਰ ਚ ਨਹੀਂ ਸੀ ਜਾਂਦਾ ਤੇ ਕਹਿੰਦਾ ਸੀ ਜਿੰਨੇ ਮੇਰੇ ਬਾਪ ਦੇ ਨਾਮ ਤੇ ਮੋਹਰਾਂ ਤੇ ਸਿੱਕੇ ਨੇ ਸਾਰਿਆਂ ਤੋਂ ਉਹਦਾ ਨਾਮ ਮਿਟਾ ਦਿਓ, ਉਹਦੀ ਮੌਤ ਹੋ ਚੁੱਕੀ ਹੈ, ਅੱਜ ਤੋਂ ਬਾਅਦ ਮੋਹਰ ਤੇ ਸਿੱਕੇ ਤੇ ਕੇਵਲ ਮੇਰਾ ਨਾਮ ਹੀ ਚੱਲੇਗਾ। ਸੱਚਮੁੱਚ ਬਾਪ ਦੇ ਸਿੱਕੇ ਢਾਲ ਦਿੱਤੇ ਜਾਂਦੇ ਸਨ ਨਾਮ ਵਾਲੇ, ਪੁੱਤਰ ਦਾ ਨਾਮ ਲਿਖਿਆ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਦੇ ਘਰ 'ਚ ਨਹੀਂ ਪਿਆਰਿਓ, ਇੱਥੇ ਗੁਰਗੱਦੀ ਸੇਵਕ ਨੂੰ ਦਿੱਤੀ ਗਈ। ਸੇਵਕ ਨੇ ਉਹੀ ਸਿੱਕਾ ਉਹੀ ਨਾਮ ਚਲਾਇਆ ਜੋ ਗੁਰੂ ਨਾਨਕ ਵਾਲਾ ਹੈ। ਉਹਨਾਂ ਦੇ ਤਰੋਹਿਤ ਸਲੋਕ ਨੇ, ਪਰ ਕਿਸੇ ਸਲੋਕ 'ਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਨਾਮ ਨੂੰ ਨਹੀਂ ਚਲਾਇਆ, ਨਾਨਕ ਸ਼ਬਦ ਵਰਤਿਆ। ਇਸ ਘਰ ਵਿੱਚ ਨਾਨਕ ਸ਼ਬਦ ਵਰਤਿਆ, ਦੋਈ ਪਰਮਾਤਮਾ ਦੀ ਚੱਲੀ, ਟਕਸਾਲ ਸਤ ਸੰਗਤ ਦੀ ਚੱਲੀ, ਤਖਤ ਕੇਵਲ ਦਰਗਾਹ ਹੀ ਚੱਲਿਆ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਸੇਵਕ ਜਦੋਂ ਗੱਦੀ ਤੇ ਬਿਰਾਜਮਾਨ ਹੋਇਆ ਉਹ ਪਿਤਾ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਚਲਾਇਆ। ਭਾਈ ਸਾਹਿਬ ਨੇ ਖਾਸ ਕਰਕੇ ਪੌੜੀ ਲਿਖੀ ਹੈ ਕਿ ਦੁਨਿਆਵੀ ਪਾਤਸ਼ਾਹ ਹੋਏ ਦੇਹ ਮਰੈ ਪੁੱਤੈ ਪਾਤਸ਼ਾਹੀ, ਦੋਈ ਫੇਰੈ ਆਪਣੀ ਹੁਕਮੀ ਬੰਦੇ ਸਭ ਸਿਪਾਹੀ, ਟਿਕਸਾਲੈ ਸਿੱਕਾ ਪਵੈ ਹੁਕਮ ਵਿੱਚ ਸਫੇਦੀ ਸਿਪਾਹੀ, ਕੁਤਬਾ ਜਾਏ ਪੜ੍ਹਾਇਣ ਦਾ ਕਾਜੀ ਮੁੱਲਾ ਦੇਣ ਉਗਾਈ। ਕਹਿਣ ਲੱਗੇ ਨਹੀਂ ਬਾਬਾ ਨੇ ਘਰ ਚਾਲ ਹੈ, ਗੁਰਮੁਖ ਗਾਡੀ ਰਾਹ ਨਿਭਾਈ, ਇੱਕ ਦੋਹੀ ਟਕਸਾਲ ਇੱਕ, ਕੁਤਬਾ ਤਖਤ ਸੱਚਾ ਦਰਗਾਹੀ। ਇੱਥੇ ਸਤ ਸੰਗਤ ਦੀ ਟਕਸਾਲ, ਇੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਦੋਹੀ, ਇੱਥੇ ਸਿਰਫ ਪਰਮਾਤਮਾ ਦੀ ਸ਼ਬਦ ਦਾ ਤਖਤ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਜੋਤ ਸਮਾਣੀ ਜੋਤ ਮਾਹੀ ਆਪ ਆਪੈ ਸੇਤੀ ਮੇਕਿਉਣ। ਮਹਾਰਾਜ ਕਹਿੰਦੇ ਨੇ ਸਿੱਖਾਂ ਪੁੱਤਰਾਂ ਭੋਗ ਕੈ ਸਮ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ਼ ਤਾਂ ਲੈਣਾ ਠੀਕਿਓ। ਧੰਨ ਗੁਰੂ ਅੰਗਦ ਦੇਵ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ, ਖਡੂਰ ਸਾਹਿਬ ਆਏ ਨੇ। ਖਡੂਰ ਸਾਹਿਬ ਤਾਂ ਪਹਿਲਾਂ ਵੀ ਸੀ, ਸ਼ਹਿਰ ਖਡੂਰ ਪਹਿਲਾਂ ਵੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੱਸ ਗਿਆ ਖਡੂਰ। ਕਿਵੇਂ ਵੱਸ ਗਿਆ? ਕਹਿਣ ਲੱਗੇ ਕਰਤਾਰਪੁਰ ਤੋਂ ਇੱਕ ਜਪ ਲਿਆਂਦਾ, ਦੂਜਾ ਤਪ ਲਿਆਂਦਾ, ਤੀਜਾ ਸੰਜਮ ਲਿਆਂਦਾ, ਫਿਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਝ ਗੁਰੂਰ, ਲੱਭ ਬਣਾ ਹੈ ਮਾਨਸਾ ਜੋ ਪਾਰੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੁਖ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ਼ ਗੁਰੂ ਅੰਗਦ ਦੇ ਮਹਾਰਾਜ ਬਣੇ। ਮੈਂ ਬੇਨਤੀ ਕਰਾਂ 63 ਸ਼ਲੋਕਾਂ 'ਚ ਮੈਂ ਕੋਈ ਜ਼ਿਆਦਾ ਇਤਿਹਾਸਿਕ ਸਾਖੀਆਂ ਨਹੀਂ ਲਈਆਂ, ਜਿਵੇਂ ਅਖੀਰਲੇ ਸਮੇਂ ਦੀ ਸਾਖੀ 63 ਸ਼ਲੋਕਾਂ 'ਚੋਂ ਪਹਿਲਾ ਸ਼ਲੋਕ ਅਤੇ 63ਵਾਂ ਸ਼ਲੋਕ ਸਿਰਫ ਕਹਿ ਕੇ ਮੈਂ ਸਮਾਪਤੀ ਕਰਾਂਗਾ। ਪਹਿਲਾ ਸ਼ਲੋਕ ਪਿਆਰੇ ਦੀ ਯਾਦ 'ਚ ਬੈਠੇ ਨੇ ਮਾਤਾ ਸਵਰਾਏ ਦੇ ਘਰ 'ਚ, ਬਾਬਾ ਬੁੱਢਾ ਸਾਹਿਬ ਜਾ ਕੇ ਪ੍ਰਗਟ ਕਰਦੇ। ਆਪਾਂ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਨੇ ਸਾਖੀਕਾਰਾਂ ਦੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਗਿਆ ਸੀ ਤੇਰੇ ਤੋਂ ਓਹਲੇ ਕਦੇ ਨਾ ਹੋ ਸਾ, ਜਿੱਥੇ ਵੀ ਘੁੰਮਾਂਗਾ ਤੈਨੂੰ ਪਤਾ ਹੋਵੇਗਾ। ਧੰਨ ਬਾਬਾ ਬੁੱਢਾ ਸਾਹਿਬ ਖਡੂਰ ਸਾਹਿਬ ਮਾਤਾ ਸਵਰਾਈ ਦੇ ਘਰ ਗਏ। ਹੁਣ ਅੱਜ ਦਾ ਵਿਦਵਾਨ ਨਹੀਂ ਇਹ ਗੱਲਾਂ ਮੰਨਦਾ ਨਹੀਂ ਪਿਆਰੇ ਹੋ, ਜਿਸ ਪਿਆਰੇ ਨੂੰ ਇੰਨੀ ਮੁਹੱਬਤ ਕੀਤੀ ਹੋਵੇ ਭਾਵਾਂ ਜੋਤ ਦੇਵੇ, ਪਰ ਉਹ ਬਖਸ਼ਾ ਕਰਨ ਵਾਲਾ ਜਦੋਂ ਸਰੀਰ ਅੱਖਾਂ ਤੋਂ ਦੂਰ ਹੁੰਦਾ ਹੈ ਤੇ ਉਸ ਹਿਰਦੇ ਵਿੱਚ ਕਿੰਨਾ ਕੁ ਬਿਰਹਾ ਪੈਦਾ ਹੁੰਦਾ ਹੈ।
ਮਹਾਰਾਜ ਅੰਦਰ ਨੇ, ਬਾਬਾ ਬੁੱਢਾ ਸਾਹਿਬ ਜਾਂਦੇ ਨੇ, ਮਾਤਾ ਸਿਵਰਾਈ ਨੂੰ ਕਹਿੰਦੇ ਨੇ ਤੇਰੇ ਘਰ ਸਤਿਗੁਰੂ ਜੀ ਨੇ। ਉਹ ਖਮੋਸ਼ ਰਹਿੰਦੀ ਹੈ, ਇੱਕੋ ਗੱਲ ਕਹਿੰਦੀ, ਆਪ ਜੀ ਨੂੰ ਕਿਸੇ ਨੇ ਦੱਸਿਆ? ਕਹਿਣ ਲੱਗੇ ਸਾਨੂੰ ਤਾਂ ਕਿਸੇ ਨੇ ਦੱਸਿਆ, ਪਰ ਤੇਰੇ ਚਿਹਰੇ ਦੀ ਸ਼ਾਂਤੀ, ਤੇਰੇ ਮਸਤਕ ਦਾ ਨੂਰ ਦੱਸਦਾ ਪਿਆ ਕਿ ਤੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਕਿਰਪਾ ਕਰ ਰਹੀ। ਮੰਨ ਜਾਂਦੇ ਨੇ, ਦਰਵਾਜ਼ਾ ਨਹੀਂ ਖੋਲ੍ਹਣਾ। ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਤਾਂ ਹੁਕਮ ਦਾ ਬੰਦਾ ਹਾਂ, ਅਸੀਂ ਦਰਵਾਜ਼ਾ ਖੜਕਾਉਣਾ ਵੀ ਨਹੀਂ, ਫਿਰ ਕੀ ਕਰੋਗੇ? ਕਹਿਣ ਲੱਗੇ ਰਬਾਬੀਆਂ ਨੂੰ ਕੀਰਤਨ ਕਰੋ, ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹੋ, ਗੁਰੂ ਨਾਨਕ ਦਾ ਬੋਲ ਸੁਣ ਕੇ ਗੁਰੂ ਅੰਗਦ ਦੇ ਬਾਲ ਜ਼ਰੂਰ ਹੋਣਗੇ। ਸ਼ਬਦ ਕੀਰਤਨ ਸ਼ੁਰੂ ਹੋਇਆ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਾਹਰ ਆਉਂਦੇ ਨੇ, ਨੇਤਰ ਸੇਜਲ ਸਨ। ਬਾਬਾ ਬੁੱਢਾ ਸਾਹਿਬ ਅੱਗੇ ਵੱਧ ਕੇ ਨਮਸਕਾਰ ਕਰਦੇ ਨੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਕਿਰਪਾ ਕਰੋ, ਇਸ ਸੰਗਤ ਨੂੰ ਜੀ ਦਾਨ ਬਖਸ਼ੋ, ਆਪ ਤੋਂ ਬਿਨਾਂ ਕੌਣ? ਉਸ ਵਕਤ ਪਹਿਲਾ ਬੋਲ ਹੈ ਜਿਸ ਪਿਆਰੇ ਸਿਉ ਨਿਹ। ਪਹਿਲਾ ਬੋਲ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕਾਂ ਚੋਂ, ਜਿਸ ਪਿਆਰੇ ਨਾਲ ਮੁਹੱਬਤ ਹੈ, ਜਿਸ ਪਿਆਰੇ ਨਾਲ ਦਿਲੀ ਇਸ਼ਕ, ਜਿਸ ਪਿਆਰੇ ਸਿਉ ਨਿਹ, ਤਿਸ ਆਗੈ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਉਸ ਅੱਗੇ ਆਪਣਾ ਆਪ ਕੁਰਬਾਨ ਕਰ ਦੇਗੀ। ਪਿਆਰਿਓ, ਪਹਿਲਾ ਸ਼ਲੋਕ ਹੈ ਪਿਆਰੇ ਤੋਂ ਫਿਦਾ ਹੋਣ ਦਾ, ਅਖੀਰ ਵਾਲਾ ਸ਼ਲੋਕ ਹੈ ਬਾਬਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ, ਨਾਨਕ ਦੁਨੀਆਂ ਦੀਆਂ ਵਡਿਆਈਆਂ ਅੱਗੇ ਸੇਤੀ ਜਾਲ, ਇੰਨੀ ਜਲੀ ਨਾ ਮਿਸਾਰਿਆ, ਇੱਕ ਨਾ ਚਲਿਆ ਨਾਲ। 63ਵਾਂ ਸ਼ਲੋਕ ਇਹਦੇ ਗੁਰੂ ਅੰਗਦ ਸਾਹਿਬ ਦਾ, ਆਹ ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਨੂੰ ਸਾੜ ਦੇ ਤੇ ਬੰਦਾ ਸਾਰੀ ਜ਼ਿੰਦਗੀ ਜੋਰੇ ਹੀ ਲਾਉਂਦਾ। ਦੁਨਿਆਵੀ ਤੌਰ 'ਤੇ ਵੱਡਾ ਹੋ ਜਾਣ, ਲੋਕ ਮੈਨੂੰ ਜਾਣ ਲੈਣ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਪਹਿਲਾ ਸ਼ਲੋਕ ਚੇਤੇ ਰੱਖ, ਜਿਸ ਪਿਆਰੇ ਨਾਲ ਮੁਹੱਬਤ ਹੈ ਉਹਦੇ ਤੋਂ ਫਿਦਾ ਹੋ ਜਾ। ਅਖੀਰ ਵਾਲਾ ਸ਼ਲੋਕ 63ਵਾਂ ਹੈ ਕਿ ਦੁਨੀਆਂ ਦੀ ਫੋਕੀ ਸ਼ੋਹਰਤ ਫੂਕ ਦੇ, ਇਹ ਚੰਦਰੀ ਕਿਸੇ ਦੇ ਨਾਲ ਨਹੀਂ ਗਈ ਜਿਨ੍ਹਾਂ ਦੇ ਨਾਂ ਤੇ ਨਗਾਰੇ ਵੱਜਦੇ ਸਨ, ਜੋ ਉਹਨਾਂ ਦੇ ਨਾਂ ਵੀ ਦੁਨੀਆਂ ਤੋਂ ਮਿਟ ਗਏ। ਮਹਾਰਾਜ ਕਿਉਂ? ਸਤਿਗੁਰੂ ਨੇ ਬਾਣੀ 'ਚ ਵਚਨ ਕੀਤੇ ਕਿ ਪਾਸ ਦਮਾਮੇ ਛੱਤ ਸ਼ੇਰ ਭੇਰੀ ਸੱਡੋ ਰੱਡ, ਜਿਨ੍ਹਾਂ ਦੀ ਇੰਨੀ ਵਡਿਆਈ ਸੀ ਅੱਗੇ ਨਗਾਰੇ ਵੱਜਦੇ ਸਨ, ਤੂਤੀਆਂ ਵੱਜਦੀਆਂ ਸਨ, ਕਵੀ ਕਵਿਤਾ ਬੋਲਦੇ ਸਨ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਅੱਜ ਮਰੇ ਨੇ, ਨਗਾਰੇ ਪਏ ਨੇ, ਕਵੀ ਖਲੋਤੇ ਨੇ, ਵਾਜੇ ਪਏ ਨੇ, ਕੋਈ ਨਹੀਂ ਵਜਾਉਂਦਾ ਪਿਆ। ਤੇ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਨੂੰ ਪੁੱਛੋ ਕਬਰ 'ਚ ਇਸ ਤਰ੍ਹਾਂ ਸੁੱਤਾ ਜਿਵੇਂ ਯਤੀਮ ਨੂੰ ਘਰੋਂ ਕੱਢ ਦਿੱਤਾ ਹੈ। ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ, ਅਤੀਮਾ ਮੀਨਸ ਯਤੀਮਾਂਤਰ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਸਤਿਗੁਰੂ ਕਹਿੰਦੇ ਨੇ ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾ, ਫੁੱਕ ਦੇ ਇਹਨਾਂ ਨੂੰ। ਪਰ ਕਰੀਏ ਕਿ ਬੰਦਾ ਆਪ ਸਰੀ ਜਾਂਦਾ ਹੈ ਵਡਿਆਈ ਦੇ ਪਿੱਛੇ। ਇੱਕ ਗੱਲ ਹਜ਼ਰਤ ਈਸਾ ਨੇ ਕਹੀ ਸੀ, ਤੂੰ ਵਡਿਆਈ ਲਈ ਇੰਨਾ ਅੱਗੇ ਅੱਗੇ ਨਾ ਹੋ ਕਿ ਸਮਾਂ ਇੰਨਾ ਤੂੰ ਧੱਕਾ ਮਾਰੇ, ਤੂੰ ਬਹੁਤ ਪਿੱਛੇ ਚਲਾ ਜਾਏ। ਤੂੰ ਕਮਾਈ ਕਰਕੇ ਪਿੱਛੇ ਬੈਠਾ ਰਹੋ, ਇੱਕ ਦਿਨ ਵਡਿਆਈ
ਕਮਾਈ ਤੈਨੂੰ ਆਪਣੇ ਆਪ ਹੀ ਅੱਗੇ ਲੈ ਆਵੇਗੀ। ਪਰ ਜਿਹੜੀ ਦੁਨੀਆਂ ਦੀ ਵਡਿਆਈ ਹੈ, ਮੈਂ ਇੱਥੇ ਦੇਖੋ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਕਿ ਦੁਨੀਆਂ ਦੀਆਂ ਵਡਿਆਈਆਂ ਕੀ ਹੈ, ਹਾਲਾਂਕਿ ਬੰਦਗੀ ਵਿੱਚ ਵੀ ਵਡਿਆਈ ਹੈ। ਦੁਨੀਆਂ ਦੀ ਵਡਿਆਈ ਤੇ ਬੰਦਗੀ ਦੀ ਵਡਿਆਈ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਦੋਂ ਦੁਨੀਆਦਾਰ ਨੂੰ ਵਡਿਆਈ ਮਿਲਦੀ ਹੈ, ਖਿਮਾ ਕਰਿਓ, ਛਾਤੀ ਠੋਕ ਕੇ ਕਹਿੰਦਾ ਸਾਡੀ ਕਮਾਈ, ਤੇ ਜਦੋਂ ਭਗਤੀ ਵਾਲੇ ਨੂੰ ਵਡਿਆਈ ਮਿਲਦੀ ਉਹ ਕਹਿੰਦਾ ਮੈਂ ਤਾਂ ਇਹਦੇ ਲਾਇਕ ਹੀ ਨਹੀਂ ਜੋ ਕੋਈ ਤੂੰ ਝੋਲੀ 'ਚ ਪਾ ਦਿੱਤਾ। ਫਰਕ ਹੈ ਨਾ ਕਿ ਰਵਿਦਾਸ ਸਾਹਿਬ ਦੀ ਇਹ ਵਡਿਆਈ ਨਹੀਂ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਇਹ ਵੀ ਤਾਂ ਵਡਿਆਈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ, ਛਤਰ ਤਰੇ ਵਡਿਆਈ ਹੈ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਭ ਤੋਂ ਹਰ ਜਾਣੋ ਆਪੇ ਖਮ ਰਲੁੱਤੇ ਫਿਰਦੇ, ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕਿਰਿਆ ਮੁਤਾਬੇ, ਵੀ ਤਾਂ ਇੱਕ ਵਡਿਆਈ। ਮੈਂ ਬੇਨਤੀ ਕਰਾਂਗਾ ਦੁਨੀਆਂ ਦੀ ਵਡਿਆਈ ਨੂੰ ਫੂਕ ਦੇ ਪਿਆਰਿਓ। ਇਹ ਵਡਿਆਈ ਇਸ ਤਰ੍ਹਾਂ ਜੇ ਦੱਸ ਕੇ ਉਹਦੀ ਬੇਨਤੀ ਕਰਦਾ, ਚਲੋ ਇੱਥੇ ਤਾਂ ਪਤਾ ਨਹੀਂ ਕਿਸ ਤਰ੍ਹਾਂ ਸਿਸਟਮ ਹੈ ਸਾਡੇ ਉੱਥੇ ਇੰਡੀਆ, ਜਿੱਥੇ ਰਾਤ ਨੂੰ ਵਿਆਹ ਹੁੰਦੇ ਨਾ, ਇੰਝ ਲੱਗਦਾ ਕਿ ਪਤਾ ਨਹੀਂ ਕਿੱਡਾ ਵੱਡਾ ਬੰਗਲਾ ਬਣਿਆ, ਲਾਈਟਾਂ ਨੇ ਜਗਮਗਾਟ ਹੈ, ਚਾਰ ਚੁਫੇਰੇ ਲਿਸ਼ਕ ਲਿਸ਼ਕ ਹੈ, ਅਤੇ ਸਵੇਰੇ 8 ਵਜੇ ਫੇਰਾ ਉੱਧਰੋਂ ਕਿਤੇ ਗੱਡੀ ਲੈ ਕੇ ਲੰਘੋ, ਅਤੇ ਇੰਝ ਲੱਗਦਾ ਜਿਵੇਂ ਮਰਿਆ ਹੋਇਆ ਦਾ ਸ਼ਮਸ਼ਾਨ ਘਾਟ। ਰਾਤ ਦੀ ਚਮਕ ਸਵੇਰੇ ਵਿਰਾਨੀ ਹੋ ਜਾਂਦੀ ਹੈ। ਦੁਨੀਆਂ ਦੀ ਵਡਿਆਈ ਤਾਂ ਮੈਰਿਜ ਪੈਲਸ ਦੀ ਤਰ੍ਹਾਂ ਹੈ, ਥੋੜ੍ਹਾ ਜਿਹਾ ਚਮਕਦੀ, ਉਦੋਂ ਬਾਅਦ ਵਿਰਾਨਗੀ ਹੈ। ਪਰ ਜਿਹੜੀ ਨਾਮ ਦੀ ਵਡਿਆਈ ਹੈ, ਸੱਚੀ ਵਡਿਆਈ ਹੈ, ਇਹ ਮਰਨ ਤੋਂ ਬਾਅਦ ਵੀ ਨਹੀਂ ਮੁੱਕਦੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਹਾਰਾ। ਨਾਨਕ ਦੁਨੀਆਂ ਦੀਆਂ ਵਡਿਆਈਆਂ ਅੱਗੀ ਸੇਤੀ ਜਾ, ਇੰਨੀ ਜਲੀ ਇਹਨਾਂ ਸਰਨ ਚ ਪੈਣੀਆਂ ਨੇ, ਇਹਨਾਂ ਸਰਨ ਜੋਗੀਆਂ ਨੇ। ਨਾਮ ਵੀ ਸਾਰਿਆ, ਨਾਮ ਨਹੀਂ ਚੇਤੇ ਆਉਣ ਦਿੱਤੇ, ਅਤੇ ਇੱਕ ਵੀ ਵਡਿਆਈ ਬੰਦੇ ਦੇ ਨਾਲ ਨਹੀਂ ਜਾਂਦੀ। ਪਿਆਰਿਓ ਆਓ, ਧੰਨ ਗੁਰੂ ਅੰਗਦ ਸਾਹਿਬ ਦਾ ਗੁਰਗੱਦੀ ਦਿਵਸ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਮੁਤਾਬਕ, ਕਿਉਂਕਿ ਭਾਵੇਂ ਇਤਿਹਾਸ ਦੀ ਸਾਖੀ ਵੀ ਹੈ, ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਦੁਖੀਆਂ ਦੀ, ਦਰਦਮੰਦਾਂ ਦੀ, ਸਰੀਰਕ ਮਾਨਸਿਕ ਅਤੇ ਆਤਮਿਕ ਤੌਰ 'ਤੇ ਪੀੜਿਤ ਰੋਗੀਆਂ ਦੀਆਂ ਕਤਾਰਾਂ ਲੱਗੀਆਂ ਸਨ। ਜਦੋਂ ਗੁਰੂ ਅੰਗਦ ਸਾਹਿਬ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਦੇ ਸਨ, ਜਿਨ੍ਹਾਂ 'ਤੇ ਦ੍ਰਿਸ਼ਟੀ ਪੈ ਜਾਂਦੀ ਸੀ ਉਹਨਾਂ ਸਾਰਿਆਂ ਦੇ ਪਾਪ ਕੱਟੇ ਜਾਂਦੇ ਸਨ। ਗੁਰੂ ਅੰਗਦ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਦਾ ਜ਼ਿਕਰ ਬੜਾ ਬਾਣੀ ਨੇ ਕੀਤਾ, ਹੋਵੇ ਸਿਰਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ। ਗੁਰੂ ਅੰਗਦ ਸਾਹਿਬ ਦੀ ਸਿਫਤ ਹੈ, ਤੂੰ ਡਿੱਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕੱਟੀਏ ਜਾ, ਅਮੈ ਦ੍ਰਿਸ਼ ਸ਼ੁਭ ਕਰਿਆ ਖਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਾਮ ਦੇ ਦਰਿਆਓ ਜਨਮ ਹਮ ਕਾਲਕ ਧੋਵੈ, ਸੁਕਾਓ ਟਲ ਗੁਰ ਸੇਵੀਐ ਐਨ ਸਹਿ ਸੁਭਾਹੇ। ਧੰਨ ਗੁਰੂ ਅੰਗਦ ਦੇਵ ਜੀ, ਸਤਿਗੁਰੂ ਗੁਰੂ ਅੰਗਦ ਦੇਵ ਜੀ ਜਿਹਦੇ ਦਰਸ਼ਨ ਕੀਤੇ ਆ, ਸੁਕਾਓ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਦਰਸ਼ਨ ਪਰਸਨ ਦੇ ਨਾਲ ਜਨਮ ਅਤੇ ਮਰਨ ਦਾ ਦੁੱਖ ਕੱਟਿਆ ਜਾਂਦਾ, ਉਸ ਸਤਿਗੁਰੂ ਦਾ
ਅੱਜ ਗੁਰਗੱਦੀ ਦੇ ਵਿਸ਼ੇ ਤੇ ਇੱਕ ਗੱਲ ਗੁਰੂ ਸਾਹਿਬ ਨੇ ਅੱਜ ਕਹੀ। ਜਦੋਂ ਗੁਰਗੱਦੀ ਦਿੱਤੀ, ਮਾਤਾ ਸੁਲੱਖਣੀ ਨੇ ਕਿਹਾ, ਮਹਾਰਾਜ ਇਹ ਤੁਹਾਡੇ ਪੁੱਤਰ ਨੇ। ਗੁਰਗੱਦੀ ਤਾਂ ਬਾਬਾ ਲਹਿਣਾ ਸਾਹਿਬ ਜੀ ਨੇ ਦਿੱਤੀ। ਕਹਿਣ ਲੱਗੇ, ਸੁਲੱਖਣੀਏ, ਗੁਰੂ ਕਿਆਂ ਤੇ ਕੁੱਤਿਆਂ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਹੁੰਦੀਆਂ। ਸ਼ਬਦ ਵਰਤੇ ਸਨ, ਗੁਰੂ ਕਿਆਂ ਕੁੱਤਿਆਂ ਵਿੱਚ ਦੇ ਪੈਰਾਂ ਵਿੱਚ ਵੀ ਕਰਾਮਾਤਾਂ ਨੇ, ਇਹ ਤਾਂ ਮੇਰੇ ਪੁੱਤਰ ਨੇ। ਅੰਨ ਧਨ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ, ਭਾਵੇਂ ਮੇਰੇ ਪੁੱਤਰ ਨੇ, ਪਰ ਜਨਮ ਤਾਂ ਸੌਰੇਗਾ ਜੇ ਗੁਰੂ ਗੁਰੂ ਜਪਣਗੇ ਤਾਂ। ਇਹ ਸ਼ਬਦ ਕਹੇ, ਗੁਰੂ ਕਰਕੇ ਜੇ ਹੋਏ ਸਵਾਨਾ, ਤਿਨਕੋ ਪੂਜਾ ਸਗਲ ਜਹਾਨਾ। ਗੁਰੂ ਘਰ ਦੇ ਬੂਹੇ ਅੱਗੇ ਬੈਠਾ ਹੋਇਆ ਕੁੱਤਾ ਵੀ ਪੂਜਣ ਯੋਗ ਹੋ ਜਾਂਦਾ ਹੈ। ਹੁਣ ਇਹਨੂੰ ਕਿਸੇ ਅਰਥ ਹੋਰ 'ਚ ਨਾ ਲੈ ਜਾਣਾ, ਕਿਉਂਕਿ ਇਸ ਘਰ 'ਚ ਬਰਕਤ ਕਹਿ। ਕਹਿਣ ਲੱਗੇ, ਗੁਰੂ ਅੰਗਦ ਦੇਵ ਹੋਣਗੇ, ਇਹ ਬਾਬੇ ਕਿਸ ਲਾਏ ਜਾਣਗੇ। ਬਾਬੇ ਸ਼ਬਦ ਵਰਤਿਆ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਉਹ ਗੁਰਤਾ ਗੱਦੀ 'ਤੇ ਵਿਰਾਜਮਨ ਹੋਏ। ਸਾਡੇ ਸਾਖੀਕਾਰਾਂ ਨੇ ਕਿਹਾ, ਜਿੱਦਣ ਮਹਾਰਾਜ ਜੀ ਨੇ ਪਿਆਨਾ ਕੀਤਾ, ਠੀਕ ਅਸੀਂ ਜੋਤੀ ਜੋਤ ਸਮਾਉਣਾ ਕਹਿੰਦੇ ਹਾਂ, ਅਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜੋਤੀ ਜੋਤ ਜੀਵ ਕੋਟੀ ਅਤੇ ਬ੍ਰਹਮ ਦੀ ਅਭੇਦਤਾ ਹੈ, ਪਰਮਾਤਮਾ ਗੁਰੂ ਤਾਂ ਵੀ ਜੋਤ ਰੂਪ ਹੈ। ਫਿਰ ਬੇਨਤੀ ਸੁਣੋ, ਘਾਲਣਾ ਕਰਕੇ ਜੋਤੀ ਆਤਮਾ ਪਰਮ ਆਤਮਾ ਵਿੱਚ ਲੀਨ ਹੋਵੇ, ਜੋਤੀ ਜੋਤ ਕਹਿ। ਪਰ ਪਿਆਰਿਓ, ਜਿਹੜਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਦੀ ਥਾਂ ਸ਼ਬਦ ਵਰਤਿਆ, ਪ੍ਰਭਪੁਰ ਕੀ ਆਪਿਆਨ। ਜਾਂ ਭੱਟਾ ਨੇ ਵਰਤਿਆ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਇਹ ਸ਼ਬਦ ਵਰਤੇ। ਗੁਰੂ ਸਾਹਿਬ ਨੇ ਪਿਆਨਾ ਕਰਨ ਤੋਂ ਪਹਿਲਾਂ ਕਰਤਾਰਪੁਰ ਇਹ ਸ਼ਬਦ ਕਿਹਾ ਸੀ, ਬਾਬਾ ਨਾ ਮੜੀ ਨਾ ਗੋਰ, ਮੈਨੂੰ ਕਬਰਾਂ ਵਿੱਚ ਅਤੇ ਸਮਾਧਾਂ 'ਚ ਨਾ ਲੱਭਿਓ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਕਬਰਾਂ ਤੇ ਮੜੀਆਂ 'ਚ ਨਹੀਂ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ। ਜੇ ਮੈਨੂੰ ਕਿਸੇ ਵੇਖਣਾ ਤੇ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਿਓ, ਮੈਂ ਇਹਦੇ ਹਿਰਦੇ ਵਿੱਚ ਖਾਂ। ਅਗਲਾ ਬਚਨ ਕਿਹਾ, ਪੁੰਨ ਸਤ ਸੰਗਤ ਮੈਂ ਬਸਬੋ ਕਰੋ, ਜਿਹਨੇ ਮੇਰੇ ਦਰਸ਼ਨ ਕਰਨੇ ਨੇ ਉਹ ਸਤ ਸੰਗਤ ਵਿੱਚ ਆ ਕੇ ਕੀਰਤਨ ਬਾਣੀ ਜਾਪ ਸਿਮਰਨ ਕਰਿਓ, ਮੇਰੀਆਂ ਝਲਕਾਂ ਸਿਰਫ ਸਤ ਸੰਗਤ ਵਿੱਚੋਂ ਬਹਿਣਗੀਆਂ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਲੇਖ ਲਿਖਿਆ ਸੀ, ਮਾਈ ਬਾਬਾ, ਪੰਜਾਬੀ 'ਚ ਉਹਦਾ ਤਰਜਮਾ ਹੋਇਆ ਮੈਂਡੜਾ ਬਾਬਾ। ਉਹ ਕਹਿੰਦਾ, ਮੇਰਾ ਬਾਬਾ ਆਉਂਦਾ ਸਤ ਸੰਗਤ, ਉਹਦੇ ਬੜੇ ਲਾਡ ਵਾਲੇ ਸ਼ਬਦ ਨੇ। ਕਹਿੰਦੇ ਨੇ, ਖਲੋ ਕੇ ਸਾਰੀ ਸੰਗਤ ਨੂੰ ਦੇਖਦੇ ਨੇ, ਸਿੱਖ ਆਉਂਦੇ ਨੇ ਰੋਜ਼, ਬੇਨਤੀਆਂ ਕਰਦੇ ਨੇ, ਸੰਗਤ 'ਚ ਬੈਠੇ ਨੇ। ਜਿਹੜਾ ਅੰਦਰ ਪ੍ਰੇਮ 'ਚ ਭਿੱਜਿਆ, ਸ਼ਰਜਾ 'ਚ ਪਰੋਤਾ, ਜਿਹਦੀ ਸੁਰਤ ਮਹਿਲ ਤੋਂ ਰਹਿਤ ਹੋ ਗਈ, ਜਿਹਦੀ ਸੁਰਤ ਵਿੱਚ ਲੇਸ਼ ਮਾਤਰ ਮੈਲ ਨੇ, ਥੋੜ੍ਹੀ ਜਿਹੀ ਸੁਰਤ ਨਿਰਮਲ ਹੋਈ, ਸ਼ਬਦ ਜੁੜਦੀ ਏ, ਬਾਬਾ ਸਿਰ 'ਤੇ ਹੱਥ ਰੱਖਦਾ ਹੈ, ਸਿੱਖ ਫਰਸ਼ ਉੱਤੇ ਬੈਠਾ ਹੁੰਦਾ ਅਤੇ ਸੁਰਤ ਨੂੰ ਅਰਸ਼ਾਂ ਵਿੱਚ ਲੈ ਜਾਂਦਾ। ਉਸ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ, ਜਿਨ੍ਹਾਂ ਨੇ ਕਰਤਾਰਪੁਰ ਗੁਰਚੇਲੇ ਦੀ ਸੰਧ ਸ਼ੁਰੂ ਕੀਤੀ, ਦਸਵੇਂ ਗੁਰਦੇਵ ਨੇ ਜਿੱਦਣ ਖਾਲਸੇ ਤੋਂ ਅੰਮ੍ਰਿਤ ਦੀ ਯਾਚਨਾ ਕੀਤੀ, ਇਹ ਹੀ ਸ਼ਬਦ ਕਹਿ ਸਨ ਕਿ ਪੰਜੋ ਪਿਆਰਿਓ, ਮੈਨੂੰ ਅੰਮ੍ਰਿਤ ਛਕਾਓ, ਮੈਂ ਤਾਂ ਉਸੇ ਮਰਿਆਦਾ ਨੂੰ ਅੱਜ ਸੰਪੰਨ ਕੀਤਾ ਜਿਹੜੀ ਕਰਤਾਰਪੁਰ ਤੋਂ ਸ਼ੁਰੂ ਹੋਈ ਸੀ। ਉਹ ਸ਼ਬਦ ਕਹਿ ਸਨ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ।
ਸ਼ੰਕ ਨਾ ਕਰੀ ਜੈ ਸਾਵਧਾਨ ਹੋਈ ਦੀਜੈ ਅਬ ਅੰਮ੍ਰਿਤ ਛਕਾਵੋ ਮੋਹਿ ਜੈਸੇ ਤੁਮ ਲੀਨਿਓ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਦਾਸ ਦਾ ਵੀ ਇਸ ਵਰੇ ਦਾ ਪਹਿਲਾ ਦਿਨ ਸੀ ਕਿਉਂਕਿ ਭਾਵੇਂ ਸਫ਼ਰ 'ਚੋਂ ਆਵਾਜ਼ ਗੂੰਜਦੀ ਰਹਿੰਦੀ ਹੈ, ਪਹਿਲੇ ਦਿਨ ਥੋੜ੍ਹਾ ਜਿਹਾ ਮਹਿਸੂਸ ਹੁੰਦਾ। ਕੱਲ੍ਹ ਤੋਂ ਮੇਰੀ ਇੱਕ ਇੱਛਾ ਸੀ ਕਿ ਉਂਝ ਤਾਂ ਸਿੱਖੀ ਦੀ ਵਿਆਖਿਆ ਕਿਸੇ ਨਹੀਂ ਕਰ ਸਕਣੀ, ਸੱਚੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਜੇ ਗੁਰੂ ਅਗਾਧ ਬੋਧ ਨੇ, ਕਮਾਈ ਵਾਲਾ ਸਿੱਖ ਅਤੇ ਸਿੱਖੀ ਵੀ ਅਗਾਧ ਬੋਧ ਹੈ। ਗੁਰੂ ਪਦ 'ਤੇ ਪਹੁੰਚ ਕੇ ਇਹ ਲੋਚਾ ਰੱਖਣੀ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਮਾਏ, ਸਿੱਖੀ ਕਿੱਡੀ ਕੁ ਵੱਡੀ ਹੋਵੇਗੀ, ਕਿਹੜੇ ਗੁਣ ਨੇ ਸਿੱਖੀ ਦੇ, ਕਿਹੜੇ ਕਿਹੜੇ ਗੁਣ ਗੁਰੂ ਜੀ ਨੇ ਦਿੱਤੇ, ਜਿਹਨਾਂ ਗੁਣਾਂ ਨੂੰ ਦੇਖ ਕੇ ਅਨਮਤ ਵਾਲੇ ਵੀ ਲੋਕ ਪੁਕਾਰ ਉੱਠੇ ਕਿ ਆ ਗੁਰੂ ਨਾਨਕ ਸਾਹਿਬ ਦਾ ਸਿੱਖ। ਉਹ ਅਸੀਂ ਇੱਕ ਪੌੜੀ ਲਈ, ਉਹਦੇ 'ਚ 5 ਦਿਨ ਲੱਗਣ, 7 ਦਿਨ ਲੱਗਣ, ਪਾਣੀ ਦੇ ਦ੍ਰਿਸ਼ਟਾਂਤ ਹੈ, ਉਹਦੇ 'ਚ ਕਿਹੜੇ ਕਿਹੜੇ ਸਿੱਖ ਦੇ ਗੁਣ ਨੇ। ਸਭ ਤੋਂ ਨੀਵੀਂ ਧਰਤੀ ਹੈ, ਪਰ ਪਿਆਰਿਓ ਪਾਣੀ ਤਾਂ ਧਰਤੀ ਤੋਂ ਵੀ ਨੀਵਾਂ ਹੈ, ਪਾਣੀ ਨਿਵਾਨ ਨੂੰ ਚੱਲਦਾ। ਸਭ ਤੋਂ ਪਹਿਲਾਂ ਸਿੱਖੀ ਦਾ ਗੁਣ ਇਹ ਵੇ ਕਿ ਸਿੱਖ ਧਰਤੀ ਅਤੇ ਪਾਣੀ ਦੀ ਤਰ੍ਹਾਂ ਨਿਮਰਤਾ 'ਚ ਕਿਵੇਂ ਰਹਿੰਦਾ ਹੈ। ਅਸੀਂ ਕੋਈ ਚੀਜ਼ ਬਾਹਰੋਂ ਨਹੀਂ, ਹਰ ਚੀਜ਼ ਹਰ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਲਾਂਗੇ। ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ। 3 ਦਿਨ ਦੀ ਦੇਰੀ ਕਿਰਪਾ ਕਰਕੇ ਮੈਨੂੰ ਬਖਸ਼ ਲਿਆ ਜੇ, ਕਿਉਂਕਿ ਸੰਗਤ ਇੰਤਜ਼ਾਰ ਕਰੇ, ਇਹ ਪ੍ਰਚਾਰਕ ਲਈ ਠੀਕ ਨਹੀਂ ਹੁੰਦਾ। ਮੇਰਾ ਤਾਂ ਅਕਸਰ ਸੁਭਾਅ ਯਤਨ ਮੈਂ ਕਰਨਾ ਹੁੰਦਾ ਕਿ ਸੰਗਤ ਦੇ ਆਉਣ ਤੋਂ ਪਹਿਲਾਂ ਬੈਠ ਜਾਓ, ਕਿਉਂਕਿ ਸੰਗਤ ਵਿੱਚੋਂ ਅਸੀਸ ਮਿਲਦੀ ਹੈ। 3 ਦਿਨ ਜਿੰਨਾ ਤੁਹਾਨੂੰ ਖੇਦ ਹੋ ਜਾਵੇਗਾ, ਬਖਸ਼ ਲਿਆ ਜੇ। ਸਾਡੇ ਦਰਮਿਆਨ ਸਾਡੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ, ਕਿਉਂਕਿ ਦਾਸ ਨਾਲ ਦਿਲੋਂ ਮੁਹੱਬਤ ਹੈ ਮੇਰੀ, ਅਤੇ ਮੈਂ ਬਾਪੂ ਜੀ ਇੱਥੇ ਆ ਗਏ, ਰੋਜ਼ ਸ਼ਾਮ ਨੂੰ ਦਰਸ਼ਨ ਦੇ ਸਕ ਉਹ ਮੈਂ ਹੁਣ ਗਿਆ ਕਲਕੱਤੇ, ਇਹ ਸੱਚ ਹੈ। ਅਤੇ ਉੱਥੇ ਇੱਕ ਕਥਾ ਕਰਦਿਆਂ ਬਾਅਦ 'ਚ ਮਿਲੇ, ਕਹਿਣ ਲੱਗੇ ਉਹ ਬਾਬਾ ਜੀ ਕਿੱਥੇ ਚਲੇ ਗਏ ਜੀ। ਮੈਂ ਕਿਹਾ ਕਿਹੜੇ ਬਾਬਾ ਜੀ? ਉਹ ਫਿਰ ਮੈਂ ਸਮਝ ਗਿਆ, ਮੈਂ ਕਿਹਾ ਜੀ ਉਹ ਕਹਿੰਦੇ ਦਰਸ਼ਨ ਕਰਦੇ ਹੁੰਦੇ ਸਨ ਉਹਨਾਂ ਦੇ, ਉਹ ਇੱਥੇ ਆਏ ਨੇ। ਸਤਿਗੁਰੂ ਕਿਰਪਾ ਕਰੇ, ਇਹਨਾਂ ਲਈ ਅਰਦਾਸ ਕਰਿਓ ਕਿ ਅੰਤਲੇ ਸਵਾਸਤਾ ਗੁਰੂ ਰਾਮਦਾਸ ਇਹਨਾਂ ਦੀ ਨਿਭਾਏ, ਅਤੇ ਸਾਨੂੰ ਇਹਨਾਂ ਦਾ ਜੀਵਨ ਵੇਖ ਕੇ ਬਾਣੀ ਪੜ੍ਹਨ ਦੀ ਸੋਝੀ ਆ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਕੀਰਤਨ ਹੋਈਆਂ ਫੁੱਲਾਂ ਬਖਸ਼ ਜੈ ਜੀ। ਕੱਲ੍ਹ ਨੂੰ ਆਪਾਂ ਲੜੀ ਪ੍ਰਾਰੰਭ ਕਰਾਂਗੇ, ਉਂਝ ਵੈਸੇ